मैं थोड़ा तह दिल तो धन्यवाद करदा कि तुसा ने रेडियो बुलंदवाज तो स्रोतियां दे नाल मैनू हूरबू करा के जो असी 1970 तो लैके बहुजन समाज पार्टी का मैनीफेस्टो गुरु ग्रंथ साहब जी की सेध और गुरु ग्रंथ साहब और गुरु गोबिंद सिंह जी का दर्शाया प्रोग्राम असी मैं और कंशी राम जी सारे देश में लैके चले सी उस प्रोग्राम नू तुसा ने स्रोतियां तक पहुँचाउण लई जो मेरी बेनती मन्नी है मैं थोड़ा तह दिल तो धन्यवाद करदा हाँ। क्योंकि जो गुरु गोबिंद सिंह जी ने 13 अप्रैल 1699 आनंदपुर साहब के 80,000 विक्टम ऑफ सोशल सिस्टम नू जो मनुवाद के सताए हुए लोग सन उन्हां नू कट्ठे करके एक देश के इतिहास नू सुनहरे युग वल ले जाण दे लई जो उन्होंने गल कही कि जो गए विपरन की रीत जिहड़ा मनुवाद ब्राह्मणवाद दी गल करूँगा मैं ना करूँ उनकी प्रतीत वह मेरे कारवाच नहीं आ सकता मानस की जात सब एक पहचानवो असी इस देश में मनानी है ये एक देश के इतिहास में बदल दे लई क्योंकि इस देश के विच जद कदी द्रावड़ आदि द्रावड़ा का राज हुंदा सी उस वेले कोई जात पात नहीं सी दुनिया नालों वधिया देश सी और जिस वेले रावण जी राज करते से विश्वकर्मा जी राज करते से और वाल्मीकि जी राज करते से वो देश जातां पातां तो रहत सी उस वेले कोई भी बाहरों आर्या लोगों ने इस दे विच दखल नहीं दिता सी इस करके जिहड़ा 13 अप्रैल 1699 नूं 3000 साल तो बाद गुरु गोबिंद सिंह जी ने उपराला किया कि जात पात तो रहत समाज बना के जे असी सारे इकट्ठे हो जाइए विपरनवाद के विरुद्ध लड़ाई लड़िए ਤਾਂ ਜਾਤ ਪਾਤ ਨੂੰ ਖਤਮ ਕਰਕੇ ਮਾਨਵਤਾਵਾਦ ਲੈ ਆਈਏ ਤਾਂ ਇਸ ਦੇਸ਼ ਦੇ ਸੁਨਹਿਰੀ ਯੁੱਗ ਵੱਲ ਨੂੰ ਅਸੀਂ ਚੱਲਾਂਗੇ ਉਹ ਜਿਹੜਾ 13 ਅਪ੍ਰੈਲ 1699 ਵਾਲਾ ਇਤਿਹਾਸ ਹੈ ਉਹ ਇਸ ਦੇਸ਼ ਦੇ ਵਿੱਚ ਸੁਨਹਿਰੀ ਯੁੱਗ ਨੂੰ ਜਿਨ੍ਹਾਂ ਨੂੰ ਪਹਿਲਾਂ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਬੇਗਮਪੁਰਾ ਵੀ ਕਿਹਾ ਉਸ ਤੋਂ ਪਹਿਲਾਂ ਗੋਲਡਨ ਡੇਜ਼ ਵੀ ਕਿਹਾ ਉਸ ਤੋਂ ਪਹਿਲਾਂ ਸੁਨਹਿਰੀ ਲੰਕਾ ਵੀ ਕਿਹਾ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਉਪਰਾਲਾ ਸੀ ਉਹ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਜਿਨ੍ਹਾਂ ਦੇ ਨਾਂ ਰਵਿਦਾਸ ਜੀ ਕਬੀਰ ਜੀ ਸੈਂ ਸਦਨਾ ਧੰਨਾ ਬੁੱਧੂ ਕੁਮਾਰ ਪੰਜ ਪਿਆਰੇ ਤਿੰਨ ਜਨਰਲ ਔਰ ਸਾਰੇ ਮੋਤੀ ਮਹਿਰਾ ਜੀ ਜੋ ਸਾਰੇ ਉਹ ਜਿਹੜੇ ਵਿਕਟਮ ਆਫ ਸੋਸ਼ਲ ਸਿਸਟਮ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਲੇ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਬਹੁਤ ਡਾਂਕੇ ਦੀ ਚੋਟ 'ਤੇ ਕਹੀ ਕਿ ਜਿਨ੍ਹਾਂ ਦੀ ਜਾਤ ਵਿੱਚ ਗੋਦ ਵਿੱਚ ਕਿਤੇ ਵੀ ਸਰਦਾਰੀ ਨਹੀਂ ਸੀ ਇਨਹੀਂ ਕੋ ਸਰਦਾਰ ਬਣਾਉਂ ਤਾਂ ਮੁਝੇ ਗੁਰੂ ਗੋਬਿੰਦ ਸਿੰਘ ਕਹਾਂ ਇਨਹੀਂ ਕੀ ਕਿਰਪਾ ਸੇ ਹਮ ਸਜੇ ਜਹਾਂ ਹੈ ਔਰ ਜਿਹੜਾ ਨਿਮਿੱਤੇ ਨਿਮਾਣੇ ਨਿਪੱਤੇ ਲੋਕ ਸਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਲ ਜੋੜ ਕੇ ਇਸ ਦੇਸ਼ ਦੇ ਵਿੱਚ ਮਨੁਵਾਦ ਦੇ ਵਿਰੁੱਧ ਜਿਹੜੀ ਬਗਾਵਤ ਕੀਤੀ ਹੈ ਉਹ ਦੇਸ਼ ਦੇ ਸੁਨਹਿਰੀ ਯੁੱਗ ਨੂੰ ਲਿਆਉਣ ਦੇ ਲਈ ਇੱਕ ਬਹੁਤ ਵੱਡਾ ਉਪਰਾਲਾ ਜੋ ਸਾਡੇ ਗੁਰੂਆਂ ਨੇ ਮੂਵਮੈਂਟ ਚਲਾਈ ਸੀ 1270 ਤੋਂ ਲੈ ਕੇ 1708 ਤੱਕ ਉਹ ਅੱਜ ਵੀ ਜੇ ਅਸੀਂ ਸਾਰੇ ਦੇਸ਼ ਵਿੱਚ ਉਸੇ ਮੂਵਮੈਂਟ ਨੂੰ ਸ਼ੁਰੂ ਕਰ ਦੇਈਏ ਤਾਂ ਅਸੀਂ ਬ੍ਰਾਹਮਣੀਕਲ ਜਿਹੜਾ ਢਾਂਚਾ ਆ ਉਸ ਨੂੰ ਖਤਮ ਕਰ ਸਕਦੇ ਹਾਂ ਕਿਉਂ ਕਿਉਂਕਿ ਉਹਨਾਂ ਹੀ ਲੋਕਾਂ ਨੂੰ ਫਿਰ ਇਕੱਠੇ ਕਰਨ ਦੀ ਜ਼ਰੂਰਤ ਹੈ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 13 ਅਪ੍ਰੈਲ 1699 ਨੂੰ ਸਾਰੇ ਦੇਸ਼ ਵਿੱਚੋਂ ਇਕੱਠੇ ਕੀਤਾ ਸੀ ਇਸ ਕਰਕੇ ਇਹ ਵਿਉਂਤਬੰਦੀ ਬਣਾਉਣ ਦੇ ਲਈ ਹੀ ਅਸੀਂ ਤੁਸੀਂ ਜੋ ਸਾਨੂੰ ਰੇਡੀਓ 'ਤੇ ਲਿਆਂਦਾ ਸਾਰੇ ਲੋਕਾਂ ਤੱਕ ਮੇਰੀ ਆਵਾਜ਼ ਜਾਂਦੀ ਹੈ ਮੈਂ ਇਹੀ ਬੇਨਤੀ ਕਰੂੰਗਾ ਸਾਰਿਆਂ ਨੂੰ ਹੀ ਕਿ ਉਹਨਾਂ ਲੋਕਾਂ ਨੂੰ ਫਿਰ ਇਕੱਠੇ ਕਰੀਏ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਨਰਲ ਬਣਾਇਆ ਜੀਵਨ ਸਿੰਘ ਸੰਗਤ ਸਿੰਘ ਬਚਿੱਤਰ ਸਿੰਘ ਦੀ ਔਲਾਦ ਨੂੰ ਔਰ ਜਿੰਨੇ ਵੀ ਨਾਮਦੇਵ ਕਬੀਰ ਅਵਦਾਸ ਸੈਣ ਸਦਨਾ ਦੀ ਔਲਾਦ ਨੂੰ ਸਾਰੇ ਜੇ ਅਸੀਂ ਇਕੱਠੇ ਕਰ ਦਈਏ ਤਾਂ ਅਸੀਂ ਜੇ ਅੱਜ ਜੋ 2% ਹਾਂ ਇਹ ਅਸੀਂ 85% ਇਸ ਦੇਸ਼ ਵਿੱਚ ਬਣ ਜਾਵਾਂਗੇ ਤਾਂ ਇਹ ਜਿਹੜੇ ਆਦਮੀ ਆਪਣੇ ਆਪ ਨੂੰ 80% ਹਿੰਦੂ ਕਹਾਉਂਦੇ ਆ ਇਹਨਾਂ ਨੂੰ ਅਸੀਂ 8% ਕਰ ਦੇਵਾਂਗੇ ਔਰ ਅਸੀਂ 80% ਬਣਾ ਦੇਵਾਂਗੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਉਪਰਾਲਾ ਕਰਨ ਦੀ ਜ਼ਰੂਰਤ ਹੈ ਜਿਹੜੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸ਼ੁਰੂ ਕੀਤੀ ਸੀ ਉਸਨੂੰ ਅੱਗੇ ਤੋੜਨਾ ਉਹਨਾਂ ਦੀ ਔਲਾਦ ਦਾ ਕੰਮ ਹੈ ਹਾਂਜੀ
ਨਵਜੀਤ ਜੀ, ਗੱਲ ਇਹ ਸੀ, ਮੈਂ ਹਵਾਈ ਜਹਾਜ਼ਾਂ ਦੇ ਵਿੱਚ ਸਫਦਰਜੰਗ ਏਅਰਪੋਰਟ ਇੰਜੀਨੀਅਰ ਸੀਗਾ ਇਲੈਕਟ੍ਰੀਕਲ ਐਵੀਏਸ਼ਨ 'ਚ, ਅਤੇ ਥਰੂ UPSC ਮੈਂ ਅਪੁਆਇੰਟ ਕੀਤਾ ਸੀ। ਕਾਂਸ਼ੀ ਰਾਮ ਜੀ ਮੇਰੇ ਕੋਲ ਮਾਰਚ 1977 ਨੂੰ ਜੌਹਰ ਬਾਗ, ਜਿਹੜਾ ਇੱਕ ਦਿੱਲੀ ਦੇ ਹਵਾਈ ਅੱਡੇ ਦੇ ਕੋਲ ਆ, ਉੱਥੇ ਸਾਡੇ ਹੀ ਪਿੰਡ ਦਾ ਮੁੰਡਾ ਸ਼ਿਵ ਕਾਂਸ਼ੀ ਰਾਮ ਜੀ ਨੂੰ ਸਕੂਟਰ 'ਤੇ ਬਿਠਾ ਕੇ ਲਿਆਇਆ। ਉਸ ਵੇਲੇ ਮੇਰਾ ਭਰਾ IAS ਜਿਹੜਾ ਐਸਾ ਲੱਖ ਆ, ਹੁਣ ਉਹ ਚੇਅਰਮੈਨ ਆ ਸਟੇਟ ਪਬਲਿਕ ਸਰਵਿਸ ਕਮਿਸ਼ਨ ਦਾ, ਉਹ ਵੀ ਉੱਥੇ ਸੀ। ਇੱਕ ਮੁੰਡਾ ਹਰਚੰਦ, ਉਹ ਇੰਡੀਅਨ ਰੈਵਨਿਊ ਸਰਵਿਸਿਸ ਦੇ ਵਿੱਚ ਸੀਗਾ, ਉਹ ਵੀ ਉੱਥੇ ਸੀਗਾ। ਤਾਂ ਅਸੀਂ ਪੰਜਾਂ ਨੇ ਬੈਠ ਕੇ ਜਿਸ ਵੇਲੇ ਕਾਂਸ਼ੀ ਰਾਮ ਜੀ ਨੇ ਇਹ ਗੱਲ ਕਹੀ ਕਿ ਮੈਂ ਵੀ ਨੌਕਰੀ ਕਰਦਾ ਸੀ, ਕਲਾਸ 1 ਗਜ਼ਟਡ ਅਫਸਰ ਸੀਗਾ, ਮੈਂ ਨੌਕਰੀ ਸਮਾਜ ਦੇ ਲਈ ਛੱਡ ਦਿੱਤੀ ਕਿ ਸਮਾਜ ਦੀ ਲੜਾਈ ਕੌਣ ਲੜੂਗਾ, ਤੁਸੀਂ ਵੀ ਮੇਰਾ ਸਾਥ ਦਿਓ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਸਮਾਜ ਦੇ ਵਿੱਚ, ਸਮਾਜ ਦੇ ਲਈ ਜਿਨ੍ਹਾਂ ਨੂੰ ਹਜ਼ਾਰਾਂ ਸਾਲ ਤੋਂ ਮਨੁਵਾਦ ਨੇ ਗੁਲਾਮ ਅਤੇ ਲਾਚਾਰ ਬਣਾ ਕੇ ਰੱਖਿਆ, ਜੇ ਅਸੀਂ ਸਾਰੇ ਐਜੂਕੇਟਡ ਲੋਕ ਅੱਜ ਬਾਬਾ ਸਾਹਿਬ ਦੀ ਮਿਹਰਬਾਨੀ ਦੇ ਨਾਲ ਅਸੀਂ ਤਿਆਰ ਹੋਏ ਹਾਂ, ਅੱਜ ਅਸੀਂ ਜੰਗੇ ਮੈਦਾਨ ਦੇ ਵਿੱਚ ਉਤਰੀਏ, ਗੁਰੂ ਗ੍ਰੰਥ ਸਾਹਿਬ ਦੀ ਸੇਜ ਔਰ ਗੁਰੂ ਗੋਬਿੰਦ ਸਿੰਘ ਜੀ ਦਾ ਦਰਸਾਇਆ ਪ੍ਰੋਗਰਾਮ ਲੈ ਕੇ ਚੱਲੀਏ। ਉਸ ਤੋਂ ਬਾਅਦ ਜਿਹੜਾ ਮੇਰਾ ਛੋਟਾ ਭਰਾ ਆ, ਜਦ ਗੱਲਬਾਤ ਹੋਈ, ਉਹਨੇ ਫੈਸਲਾ ਕਰ ਲਿਆ ਵੀ ਸਾਹਿਬ ਜੀ ਉਹ ਹਿੰਦੀ 'ਚ ਬੋਲਦੇ ਸਨ, ਸਾਨੂੰ ਇਹ ਨਹੀਂ ਸੀ ਪਤਾ ਵੀ ਪੰਜਾਬੀ ਆ। ਉਹਨਾਂ ਨੇ ਕਿਹਾ ਹੁਣ ਸਾਡੀ ਪੁਜੀਸ਼ਨ ਚੰਗੀ ਆ, ਸਾਡਾ ਭਰਾ ਹੁਣ ਇੰਗਲੈਂਡ 'ਚ ਵੀ ਆ, ਸਾਡੇ ਕੋਲ 6 ਕਿੱਲੇ ਜ਼ਮੀਨ ਵੀ ਹੈਗੀ ਆ, ਇਹ ਵੀ ਇੰਟਰਸਟਡ ਆ, ਅਤੇ ਮੈਂ ਵੀ IAS 'ਚ ਹੋ ਗਿਆ, ਭੈਣ ਵੀ ਹੁਣ ਇੰਗਲੈਂਡ 'ਚ ਆ, ਅਤੇ ਸਾਨੂੰ ਕੋਈ ਐਡੀ ਪ੍ਰੋਬਲਮ ਨਹੀਂ ਹੈ, ਜੇ ਅਸੀਂ ਇਹਨੂੰ ਤੁਹਾਡੇ ਲਈ ਸਪੇਅਰ ਕਰ ਦਈਏ ਤਾਂ ਅਸੀਂ ਵੀ ਸਮਾਜ ਦੀ ਸੇਵਾ ਤੁਹਾਡੀ ਮੰਗ ਕਰ ਸਕਦੇ ਹਾਂ। ਇਸ ਕਰਕੇ ਫਿਰ ਜਿਸ ਵੇਲੇ ਕਾਂਸ਼ੀ ਰਾਮ ਜੀ ਨੇ ਇਹ ਗੱਲ ਹੋ ਗਈ, ਫਿਰ ਇੱਕ ਮਹੀਨਾ ਵਾਅਦਾ ਕੀਤਾ ਕਿ ਸਮਾਜ ਤੋਂ ਪੈਸਾ ਲੈਣਾ ਸਮਾਜ ਲਈ ਹੀ ਲਾਉਣਾ, ਔਰ ਨਾ ਬੈਂਕ ਬੈਲੈਂਸ ਬਣਾਉਣਾ, ਔਰ ਨਾ ਹੀ ਘਰਦਿਆਂ 'ਤੇ ਪੈਸਾ ਲੈਣਾ, ਨਾ ਘਰਦਿਆਂ ਨੂੰ ਕੁਛ ਦੇਣਾ। ਇਸ ਕਰਕੇ ਅੱਜ ਤੱਕ ਵੀ ਮੋਹੀ ਬੈਂਕ ਬੈਲੈਂਸ ਨਹੀਂ, ਉਹੀ ਘਰ ਆ ਜਿਹੜਾ ਘਰਦਿਆਂ ਨੇ ਬਣਾਇਆ ਸੀਗਾ, ਅਸੀਂ ਘਰ ਨਹੀਂ ਬਣਾਇਆ, ਅਸੀਂ ਸਮਾਜ ਦੇ ਲਈ ਦਿਨ ਰਾਤ ਰਹੇ। ਚਲੋ MP ਵੀ ਬਣ ਗਏ, ਫਿਰ ਸਾਨੂੰ ਕੈਬਨਿਟ ਮਿਨਿਸਟਰ ਵੀ ਚੰਦਰ ਸ਼ੇਖਰ ਬਣਾਉਣ ਲਈ ਆਇਆ ਉਸ ਵੇਲੇ ਵੀ, ਕਿਉਂਕਿ ਸਾਡੀ ਇੱਛਾ ਸੀ ਕਿ ਇਸ ਦੇਸ਼ ਦੇ ਵਿੱਚ ਸਮਾਜ ਜਿਹਨੂੰ ਹਜ਼ਾਰਾਂ ਸਾਲ ਤੋਂ ਮਨੁਵਾਦੀਆਂ ਨੇ ਗੁਲਾਮ ਬਣਾ ਕੇ ਰੱਖਿਆ, ਉਹਨਾਂ ਦੇ ਬਗਾਵਤ ਕਰਕੇ ਅਸੀਂ ਉਹਨਾਂ ਨੂੰ ਇਸ ਦੇਸ਼ ਦੇ ਵਿੱਚ, ਕਿਉਂਕਿ ਕਾਂਸ਼ੀ ਰਾਮ ਨੇ ਇੱਕ ਦਫਾ ਕਹੀ ਸੀ, ਇਹ ਮਨੁਵਾਦੀਓ ਤੁਸੀਂ ਬਾਹਰੋਂ ਘੋੜਿਆਂ 'ਤੇ ਚੜ੍ਹ ਕੇ ਆਏ ਸੀ, ਤੁਹਾਨੂੰ ਖੋਤਿਆਂ 'ਤੇ ਬਿਠਾ ਕੇ ਇਸ ਦੇਸ਼ ਵਿੱਚੋਂ ਕੱਢਾਂਗੇ, ਯਾਦ ਰੱਖਣਾ ਕਿ ਪੰਜਾਬ ਦੇ ਨੌਜਵਾਨ ਤੁਹਾਨੂੰ ਅੱਗੇ ਨਹੀਂ ਵਧਣ ਦੇਣਗੇ। ਇਹ ਸਾਡੀਆਂ ਸਪੀਚਸ ਹੁੰਦੀਆਂ ਸੀਗੀਆਂ ਜਿਸ ਵੇਲੇ ਅਸੀਂ ਇਸ ਮੂਵਮੈਂਟ ਨੂੰ ਤਿਆਰ ਕੀਤਾ, ਔਰ ਦਿੱਲੀ ਦੇ ਹੋਮ ਮਿਨਿਸਟਰ ਦੇ ਸਾਹਮਣੇ ਕਾਂਸ਼ੀ ਰਾਮ ਜੀ ਐਸੀਆਂ ਸਪੀਚਾਂ ਦੀਆਂ ਕਰਦੇ ਸਨ। ਕਿਉਂਕਿ ਨਵਜੀਤ ਜੀ ਗੱਲ ਇਹ ਸੀ, ਮੈਂ ਇਹ ਗੱਲ ਕਾਂਸ਼ੀ ਰਾਮ ਜੀ ਨਾਲ ਵੀ ਕੀਤੀ, ਮੈਂ ਕਿਹਾ ਕਾਂਸ਼ੀ ਰਾਮ ਜੀ ਅਸੀਂ ਹੈਲੀਕਾਪਟਰ 'ਚ ਬੈਠੇ ਸੀ, ਜੇ ਤੁਸੀਂ ਮੈਨੂੰ ਕਹਿੰਦੇ ਵੀ MP ਬਣਾਉਣਾ, ਮੈਂ ਨਹੀਂ ਆਉਣਾ। ਤੁਸੀਂ ਕਹਿੰਦੇ ਸੀ ਸੈਲਫ ਰਿਸਪੈਕਟ ਦੀ ਮੂਵਮੈਂਟ ਇਹਨਾਂ ਗੁਲਾਮਾਂ ਦੀ, ਅਸੀਂ ਆਜ਼ਾਦੀ ਦੀ ਲੜਾਈ ਲੜਨੀ ਆ, ਔਰ ਅੱਜ ਮੈਂ MP ਹਾਂ, ਮੈਨੂੰ ਚਰੰਜਾ ਸਾਹਿਬ ਮਿਲਦਾ, ਆਹ ਮੇਰਾ ਜਿਹੜਾ ਨਾਲ ਦਾ ਹੈਲੀਕਾਪਟਰ ਦਾ ਇੰਜੀਨੀਅਰ ਆ, ਮੈਂ ਕਿਹਾ ਚੈਟਰ ਜੀ ਕਿੰਨੇ ਪੈਸੇ ਮਿਲਦੇ ਆ, ਕਹਿੰਦਾ 30,000, ਮੈਂ ਕਿਹਾ ਅਸੀਂ ਦੋਏ ਇਹ ਮਕੈਨੀਕਲ ਇੰਜੀਨੀਅਰ ਆ, ਮੈਂ ਇਲੈਕਟ੍ਰੀਕਲ ਇੰਜੀਨੀਅਰ ਹਾਂ। ਇਸ ਕਰਕੇ ਸਾਡਾ ਕੋਈ ਕੰਮ MP ਔਰ ਮਿਨਿਸਟਰ ਬਣਨਾ ਔਰ MLA ਨਹੀਂ ਹੈ, ਸਾਡਾ ਕੰਮ ਸੀਗਾ ਇਸ ਦੇਸ਼ ਦੇ ਹਜ਼ਾਰਾਂ ਸਾਲ ਤੋਂ ਗੁਲਾਮਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਨੂੰ ਮੰਨ ਕੇ, ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਨੂੰ ਮਨਾਉਣ ਦੇ ਲਈ, ਮਨੁਵਾਦ ਦੇ ਵਿਰੋਧ ਇੱਕ ਬਹੁਤ ਵੱਡੀ ਸਾਡੀ ਬਗਾਵਤ ਸੀ, ਜਿਹੜੀ ਕਿ ਜਿਸ ਵੇਲੇ ਮੈਂ MP ਬਣਿਆ, ਮਨਜੀਤ ਜੀ ਜਦ ਮੈਂ ਪਹਿਲਾਂ MLA ਦੀ ਇਲੈਕਸ਼ਨ ਲੜੀ ਹੈ BSP ਵੱਲੋਂ, ਪਹਿਲਾਂ ਹੀ ਜਿਸ ਵੇਲੇ ਪਹਿਲਾਂ 6 ਅਪ੍ਰੈਲ 1982 ਨੂੰ ਮੂਸਾਪੁਰ ਕਾਨਫਰੰਸ ਪਹਿਲੀ ਇੰਡੀਆ ਵਿੱਚ ਹੋਈ ਹੈ, ਤਾਂ ਮੈਂ ਸਟੇਟ ਸੈਕਟਰੀ ਕਾਂਸ਼ੀ ਰਾਮ ਜੀ ਪ੍ਰਧਾਨ ਸੀ, ਉਹਦੇ ਮੁੱਖ ਮਹਿਮਾਨ ਸੀਗੇ। ਉਸ ਤੋਂ ਬਾਅਦ ਅਸੀਂ ਨੈਣਗੜ੍ਹ ਫਿਰ ਇਲੈਕਸ਼ਨ ਲੜੀ, ਫਿਰ ਦਿੱਲੀ, ਫਿਰ ਜੰਮੂ ਲੜੀ, ਫਿਰ ਦਿੱਲੀ ਲੜੀ, ਫਿਰ ਅਸੀਂ ਬਹੁਜਨ ਸਮਾਜ ਪਾਰਟੀ ਬਣਾਈ। ਜਦ ਪਹਿਲੀ ਇਲੈਕਸ਼ਨ ਮੈਂ ਲੜੀ ਪੰਜਾਬ 'ਚ ਨਵੇਂ ਸ਼ਹਿਰ 'ਚੋਂ, ਮੈਂ 18,000 ਵੋਟ ਲਈਆਂ, ਤਾਂ ਕਾਂਗਰਸ ਦੀਆਂ ਅਸੀਂ 32 ਸੀਟਾਂ ਹਰਾਤੀਆਂ, ਔਰ ਮੈਂ ਪੰਜਾਬ 'ਚੋਂ ਫਸਟ ਆਇਆ ਔਰ ਇੰਡੀਆ 'ਚੋਂ ਸੈਕਿੰਡ ਆਇਆ। ਇਸ ਕਰਕੇ ਮੈਂ ਦੱਸਦਿਆਂ ਸੀ ਵੀ ਮੂਵਮੈਂਟ ਚਲਾਈ, ਔਰ ਮੂਵਮੈਂਟ ਚਲਾ ਕੇ ਜਦ ਮੈਂ 89 ਦੇ ਵਿੱਚ ਪਹਿਲੀ ਵਾਰ 9th ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਬਣਿਆ, ਉਸ ਵੇਲੇ ਬਾਬਾ ਜੋਗਿੰਦਰ ਸਿੰਘ ਜੀ, ਸੰਤ ਜਰਨੈਲ ਸਿੰਘ ਪਿੰਡਾਂਵਾਲੇ ਜੀ ਦੇ ਪਿਤਾ ਜੀ ਮੇਰੇ ਨਾਲ ਸਨ, ਉਹਨਾਂ ਨੇ ਜਿਸ ਵੇਲੇ ਮੈਂ ਚੱਲਿਆ, ਮੈਂ ਉਹਨਾਂ ਦੇ ਸਤਿ ਸ਼੍ਰੀ ਅਕਾਲ ਕਹਿ ਕੇ, ਉਹ ਕਹਿੰਦੇ ਦੇਖੀ ਪੁੱਤਰਾ
ਕਿਤੇ ਮੇਰੀ ਚਿੱਟੀ ਚਾਦਰ ਨੂੰ ਦਾਗ ਨਾ ਲੱਗਣ ਦੇਈ, ਮੈਂ ਤੈਨੂੰ ਪਾਰਲੀਮੈਂਟ 'ਚ ਭੇਜਣ ਲੱਗਾ। ਔਰ ਤੈਂ ਹਮੇਸ਼ਾ ਹੀ ਇਹ ਕਰਪਸ਼ਨ ਤੋਂ ਦੂਰ ਰਹਿ ਕੇ ਕੰਮ ਕਰਨਾ। ਮੈਂ ਪਾਰਲੀਮੈਂਟ ਵਿੱਚ 89 ਦੇ ਵਿੱਚ ਜਦ ਮੈਂ ਪਹੁੰਚਿਆ, ਉਸ ਤੋਂ ਪਹਿਲਾਂ ਹੀ 10 ਦਿਨ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਪੋਰਟਰੇਟ ਹਾਲ ਦੇ ਵਿੱਚ ਲਾ ਦਿੱਤਾ ਅਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀ 30 ਅਪ੍ਰੈਲ 1990 ਨੂੰ ਪਹਿਲੀ ਦਫ਼ਾ ਇਹਨਾਂ ਨੂੰ ਭਾਰਤ ਰਤਨ ਮਿਲਿਆ। ਉਹਨਾਂ ਨੂੰ ਪਤਾ ਲੱਗ ਗਿਆ ਕਿ ਕਾਂਸ਼ੀਰਾਮ ਨੇ ਲਾਖੇ ਨੂੰ ਤਕੜੀ ਜੁੱਤੀ ਦੇ ਕੇ ਭੇਜਿਆ, ਇਹ ਮਨੂਵਾਦ ਦੇ ਵਿਰੁੱਧ ਪਾਰਲੀਮੈਂਟ ਵਿੱਚ ਫੇਰੇਗਾ ਔਰ ਦੱਬ ਕੇ ਫੇਰੇਗਾ। ਇਸ ਕਰਕੇ ਇਹ ਇੱਕ ਸਾਡੇ ਲਈ ਸੀ। ਜਿਸ ਵੇਲੇ ਫਿਰ ਚੰਦਰ ਸ਼ੇਖਰ ਆਇਆ ਕਿ ਲਾਖਾ ਜੀ ਨੂੰ ਕੈਬਨਿਟ ਮਿਨਿਸਟਰ ਬਣਾਉਣਾ, ਮੈਂ ਕਾਂਸ਼ੀਰਾਮ ਨੂੰ ਕਿਹਾ, ਮੈਂ ਕਿਹਾ ਸਾਹਿਬ ਤੁਸੀਂ ਕਹਿੰਦੇ ਸੀ ਕਿ ਇਹਨਾਂ ਨੇ ਦਿੱਤੀ ਉਹ ਕੁਰਸੀ ਨਹੀਂ ਲੈਣੀ, ਭਾਵੇਂ ਸਟੂਲ ਦੇ ਦੇਵੇ ਉਹ ਲੈ ਲੈਣਾ, ਅਸੀਂ ਇਹਨਾਂ ਦੀ ਦਿੱਤੀ ਕੁਰਸੀ ਨਹੀਂ ਦੇਵੀ, ਪਹਿਲੀ ਵਾਰ ਬਣੇ ਹਾਂ, ਜੇ ਫਸ ਗਏ ਤਾਂ ਸਾਡੀ ਮੂਵਮੈਂਟ ਇਹ ਜਗੜ ਜਾਣਗੇ। ਇਹ ਸਾਡੇ ਨਾਲ ਜੋ ਅੱਜ ਅਸੀਂ ਦੇਖਦੇ ਹਾਂ, ਮੈਂ ਫਿਰ 96 'ਚ ਵੀ ਗਿਆ ਔਰ ਜੋ ਪਾਰਲੀਮੈਂਟ ਵਿੱਚ ਮੈਂ 89 ਦੇ ਵਿੱਚ ਬੋਲਿਆ ਉਹ ਅੱਜ ਰਿਕਾਰਡ ਹੈ। ਇਸੇ ਕਰਕੇ ਮੈਨੂੰ ਪਿਛਲੀ 12 ਜੂਨ ਨੂੰ ਜਲੰਧਰ ਦੇ ਵਿੱਚ ਸਾਰੇ ਸਿੱਖ ਨੈਸ਼ਨਲ ਜਥੇਬੰਦੀਆਂ ਨੇ ਮੈਨੂੰ ਸਮਾਨਿਆ ਕਿ ਲਾਖਾ ਜੀ ਤੁਸੀਂ ਸਾਰਿਆਂ ਨਾਲੋਂ ਜ਼ਿਆਦਾ ਪਾਰਲੀਮੈਂਟ ਵਿੱਚ ਗੁਰੂਆਂ ਬਾਰੇ ਬੋਲੇ, ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਜੀ ਬਾਰੇ ਬੋਲੇ ਔਰ ਆਪਣੇ ਜਿੰਨੇ ਵੀ ਤੂਫਾਨ ਸਿੰਘ ਜੀ ਬਾਰੇ ਬੋਲੇ। ਔਰ ਅੱਜ ਤੱਕ ਕੋਈ ਵੀ ਆਦਮੀ ਪਾਰਲੀਮੈਂਟ ਦੇ ਵਿੱਚ ਸਿੱਖਾਂ ਬਾਹਰੋਂ ਵੀ ਗਏ ਆ, ਅੰਮ੍ਰਿਤਧਾਰੀ ਵੀ ਗਏ ਆ, ਉਹ ਤੁਹਾਡਾ ਰਿਕਾਰਡ ਨਹੀਂ ਬੀਟ ਕਰ ਸਕਦੇ, ਨਹੀਂ ਬੋਲ ਸਕੇ। ਇਸ ਕਰਕੇ ਮੈਨੂੰ ਜਲੰਧਰ ਦੇ ਵਿੱਚ ਮਾਡਲ ਟਾਊਨ ਦੇ ਸ਼੍ਰੀ ਹਰਗੋਬਿੰਦ ਜੀ ਦੇ ਗੁਰਦੁਆਰੇ ਦੇ ਵਿੱਚ ਉਹਨਾਂ ਨੇ ਸਮਾਨਿਆ ਸੀ। ਕਿਉਂਕਿ ਇਹ ਕੋਈ ਛੋਟੀ ਜਿਹੀ ਗੱਲ ਨਹੀਂ ਹੈ ਨਵਜੀਤ ਜੀ, ਜਿਨ੍ਹਾਂ ਨੇ ਹਜ਼ਾਰਾਂ ਸਾਲ ਤੋਂ ਗ੍ਰੇਡਿੰਗ ਡਿਗ੍ਰੇਡਿੰਗ ਬਣਾ ਕੇ 6000 ਛੋਟੇ ਛੋਟੇ ਟੁਕੜੇ ਨੂੰ ਵੰਡ ਕੇ ਸਮਾਜ ਦੇ ਲੋਕਾਂ ਨੂੰ ਰੱਖਿਆ, ਉਹ ਨਹੀਂ ਚਾਹੁੰਦੇ। ਕਿਉਂਕਿ ਪਹਿਲਾਂ ਗੁਰੂਆਂ ਨੇ ਇੱਕ ਨਹਿਰਾ ਲਾਇਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਵਨ ਗੁਰੂ। ਹੁਣ ਜਿੱਥੇ ਮੇਰਾ ਘਰ ਆ ਉਹ ਹੱਡਾ ਰੇੜੀ ਦੇ ਕੋਲ ਆ, ਪਿੰਡੋਂ ਬਾਹਰ ਆ, ਛੱਪੜ ਦੇ ਕੋਲ ਆ। ਇਹ ਮਨੁਸਮ੍ਰਿਤੀ 'ਚ ਲਿਖਿਆ ਹੈ ਕਿ ਇਹ ਅਤੀ ਸ਼ੁੱਧਰ ਲੋਕ ਇਹ ਛੱਪੜਾਂ ਕੋਲ ਰਹਿਣਗੇ, ਇਹਨਾਂ ਦੇ ਮੱਛਰ ਖਾਣਗੇ, ਇਹਨਾਂ ਕੋਲ ਸੂਰ ਹੋਣਗੇ, ਇਹ ਹੱਡਾ ਰੇੜੀ ਕੋਲ ਰਹਿਣਗੇ। ਜੇ ਉੱਥੇ ਰਹੋਗੇ ਤਾਂ ਫਿਰ ਉੱਥੇ ਹਵਾ ਗੰਦੀ ਹੋਏਗੀ। ਔਰ ਜਿਹੜਾ ਮੇਰਾ ਘਰ ਹੈ ਅੱਜ ਵੀ ਸਾਡੇ ਨਾਂ ਨਹੀਂ ਹੈ, ਨਾ ਸਾਨੂੰ ਪਵਨ ਗੁਰੂ, ਨਾ ਸਾਨੂੰ ਹਵਾ ਇਹਨੀ ਲੈਣ ਦਿੱਤੀ, ਨਾ ਸਾਨੂੰ ਧਰਤੀ 2 ਇੰਚ ਲੈ ਕੇ ਦਿੱਤੀ। ਔਰ 1927 ਨੂੰ ਬਾਬਾ ਸਾਹਿਬ ਨੇ ਮਹਾਂ ਤਲਾਅ ਨੂੰ ਪਾਣੀ ਦਾ ਹੱਥ ਲਾਇਆ ਤਾਂ ਉਹਨਾਂ ਨੇ ਪੱਥਰ ਮਾਰੇ, ਅਸੀਂ ਪਾਣੀ ਨੂੰ ਵੀ ਹੱਥ ਮੈਂ ਨਹੀਂ ਲਾ ਸਕੇ। ਹਜ਼ਾਰਾਂ ਸਾਲ ਇਹ ਨਾਰਾ ਲੱਗਦਾ ਰਿਹਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਔਰ 1927 ਤੋਂ ਬਾਅਦ 18 ਅਗਸਤ 1932 ਨੂੰ ਮਨੁਸਮ੍ਰਿਤੀ ਦੀਆਂ ਧੱਜੀਆਂ ਉਡਾ ਕੇ ਬਾਬਾ ਸਾਹਿਬ ਨੇ ਸਾਨੂੰ ਪੜ੍ਹਨ ਦਾ ਅਧਿਕਾਰ, ਜ਼ਮੀਨ ਦਾ ਅਧਿਕਾਰ, ਪ੍ਰੋਪਰਟੀ ਆਫ ਰਾਈਟ, ਜਿਹੜਾ ਐਕਟ 1935 ਦਾ ਬਣਿਆ ਉਸ ਦੇ ਵਿੱਚ ਅੱਜ ਸਾਡੇ ਕੋਲ ਜ਼ਮੀਨ ਵੀ ਆ, ਅੱਜ ਅਸੀਂ ਪੜ੍ਹੇ ਵੀ ਹਾਂ, ਅੱਜ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਪਤਾ ਚੱਲਿਆ, ਅੱਜ ਅਸੀਂ ਲੜਾਈ ਕਿਉਂ ਇਹਨੂੰ ਲੈ ਕੇ ਚੱਲੇ ਹਾਂ। ਜਿਹੜੀ ਤੁਸੀਂ ਇਹ ਦੱਸਦੇ ਹਾਂ ਕਿ ਜਾਤ ਪਾਤ, ਜਿਹੜੇ ਲੋਕ ਜਾਤ ਪਾਤ ਤੋਂ ਵਿਕਟਮ ਆਫ ਸੋਸ਼ਲ ਸਿਸਟਮ ਆ, ਇਹ ਦੋ ਤਰੀਕਿਆਂ ਦਾ ਸਮਾਜ ਹੈ, ਇੱਕ ਬੈਨੀਫਿਸ਼ਰੀ ਆਫ ਸੋਸ਼ਲ ਸਿਸਟਮ ਹੈ, 15% ਬਾਹਰੋਂ ਆਏ ਆ ਰਹੀ ਆ, ਲੋਕ ਜਾਤ ਪਾਤ ਨੂੰ ਨਹੀਂ ਤੋੜਨਾ ਚਾਹੁੰਦੇ। ਜਿਹੜੇ ਵਿਕਟਮ ਆਫ ਸੋਸ਼ਲ ਸਿਸਟਮ ਆ, ਉਹੀ ਆਦਮੀ ਗੁਰੂ ਗ੍ਰੰਥ ਸਾਹਿਬ 1270 ਤੋਂ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਵਿਕਟਮ ਉਹੀ ਨਾ ਰਹੇ ਆ। ਇਸ ਕਰਕੇ ਬਾਅਦ ਦੇ ਵਿੱਚ 1871 ਨੂੰ ਇਹ ਜਿਹੜੇ ਬੈਨੀਫਿਸ਼ਨਰੀ ਆ, 1871 ਨੂੰ ਇਹਨਾਂ ਨੇ ਪੰਜਾਬ ਦੇ ਜੱਟਾਂ ਨੂੰ ਜ਼ਮੀਨ ਦਾ ਅਧਿਕਾਰ ਦੇ ਦਿੱਤਾ ਵੀ ਤੁਸੀਂ ਹਰ ਬਾਹ ਜ਼ਮੀਨ ਤੁਹਾਡੀ। 1936 ਨੂੰ ਉਹ ਜਿਹੜੀ ਜ਼ਮੀਨ ਸੀ ਉਹ ਫਿਰ ਸਰ ਛੋਟੂ ਰਾਮ ਨੇ ਉਹਨਾਂ ਨੂੰ ਪੱਕੇ ਅਧਿਕਾਰ ਦੇ ਦਿੱਤੇ। ਉਸ ਵੇਲੇ 15% ਲੋਕਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਥੱਲੇ ਦਿਆਂ ਨੂੰ ਦਬਾ ਕੇ ਰੱਖਣਾ, ਵੀ ਸਾਡੇ ਪੈਰਾਂ ਵੱਲ ਨੂੰ ਦੇਖੀ ਜਾਣਾ, ਇਹਨਾਂ ਨੂੰ ਪੈਰਾਂ ਵਿੱਚ ਦਬਾ ਕੇ ਰੱਖੀ ਜਾਣਾ। ਉਹਦੇ ਨਾਲ ਫਿਰ ਜਦ ਜ਼ਮੀਨ ਆ ਗਈ, ਜ਼ਮੀਨ ਦੇ ਨਾਲ ਫਿਰ ਜਿਹੜਾ ਕਾਸਟ ਸਿਸਟਮ ਸੀਗਾ, ਫਿਰ ਬ੍ਰਾਹਮਣ ਨੇ ਬੜੀ ਸ਼ੈਤਾਨੀ ਦੇ ਨਾਲ ਬਾਣੀਆਂ ਨੇ ਇਹਨਾਂ ਨੇ 15% ਲੋਕਾਂ ਨੇ ਇਹਨਾਂ ਨੂੰ ਜ਼ਿਮੀਂਦਾਰਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਜਾਤ ਪਾਤ ਦੇ ਇਹ ਜਿਹੜੇ ਥੱਲੇ ਦੇ ਆਦਮੀ ਆ, ਨਾਈ ਚੀਰ ਛਿੰਬੇ, ਲੋਹਾਰਤ ਖਾਨ, ਨਾਮਦੇਵ ਕਬੀਰ, ਅਰਦਾਸ ਸਹਿਣ, ਸਤਨਾ ਧੰਨਾ, ਬੁੱਧੂ ਕੁਮਾਰ ਔਰ ਮੋਤੀ ਮਹਿਰਾ ਦੀ ਔਰ ਲਾਲੋ ਦੀ ਔਲਾਦ ਨੂੰ ਉੱਠਣ ਨਹੀਂ ਦੇਣਾ।
ਉਹ ਜਿਹੜਾ ਕੰਮ ਸੀਗਾ ਬਾਹਮਣ ਪਿੱਛੇ ਕਰਦਾ ਹੁੰਦਾ ਸੀਗਾ ਉਹ ਫਿਰ ਜ਼ਿਮੀਂਦਾਰਾਂ ਦੇ ਹੱਥਾਂ 'ਚ ਆ ਗਿਆ। ਇਸ ਕਰਕੇ ਜਿਵੇਂ ਉਹ ਜਿਹੜਾ ਤੁਸੀਂ ਦੱਸਦੇ ਹਾਂ ਵੀ ਅੱਜ ਅਸੀਂ ਉਹਨਾਂ ਨੂੰ ਉਹਨੀ ਇਹ ਸ਼ੂਦਰ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਨੀਚਾ ਅੰਦਰ ਨੀਚ ਜਾਤ, ਜਿਹੜਾ ਨੀਚ ਆ 1885 ਤੋਂ 1931 ਦੀ ਮਰਦਮਸ਼ੁਮਾਰੀ ਵਿੱਚ ਜੱਟ ਦਾ ਜਿਹੜਾ ਸਰਕਾਰ ਦੇ ਵਿੱਚ ਅੰਕੜੇ ਆ ਉਹ ਉਹਨੂੰ ਸ਼ੂਦਰ ਕਿਹਾ, ਗੁਰੂ ਨਾਨਕ ਦੇਵ ਜੀ ਨੇ ਨੀਚ ਕਿਹਾ। ਨੀਚਾ ਅੰਦਰ ਨੀਚ ਜਾਤ ਇੱਕ ਹੋਰ ਨੀਚ ਜਾਤ ਆ ਨਾਈ ਚੀਰ ਚਿੰਬੇ ਲੋਹਾਰ ਤਖਾਣ, ਨੀਚੀ ਹੀ ਉਹ ਅਤੀ ਨੀਚ ਇੱਕ ਹੋਰ ਅਤੀ ਨੀਚ ਆ ਚਮਾਰ ਚੂੜ ਵਾਲਮੀਕੀ, ਨਾਨਕ ਤਿੰਨ ਕੇ ਸੰਗ ਸਾਥ, ਕਿਉਂਕਿ ਕਬੀਰ ਰਵਿਦਾਸ ਹੈ ਸਦਰਾਂ ਔਰ ਜੋ ਧੰਨਾ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਨਾਲ ਆ ਕੇ ਵੱਡਿਓ ਸੇ ਗਏ ਰੀਸ, ਉਹਨੀ ਜੋ ਵਿਪਨਵਾਦੀ ਲੋਕ ਸੇ ਉਹਨਾਂ ਦਾ ਜਨੇਊ ਚੱਕ ਕੇ ਇਹਨਾਂ ਦੇ ਨਾਲ ਰਲ ਗਏ। ਸਾਰੀ ਲੜਾਈ ਗੁਰੂ ਗੋਬਿੰਦ ਸਿੰਘ ਜੀ ਤੱਕ ਲੜੀ। ਜਿਸ ਵੇਲੇ ਗੁਰੂ ਨਾਨਕ ਦੇਵ ਜੀ ਇਹਨਾਂ ਦੇ ਨਾਲ ਰਲ ਗਏ ਤਾਂ ਇਹਨਾਂ ਨੂੰ ਭੂਤਨਾ ਦੇ ਪਤਾਲਾ ਕਿਹਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲਿਖਿਆ ਹੈ। ਔਰ ਮੈਨੂੰ ਇੱਕ ਦਿਨ ਬੜੀ ਹੈਰਾਨੀ ਹੋਈ ਕਿ ਮੈਂ ਇੱਥੇ ਕਿਸੇ ਦੇ ਘਰ ਬੈਠਾ, ਪ੍ਰਿਥਵੀ ਚੰਦ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਉਹਨਾਂ ਨੇ ਲੰਗੋਟੀ ਲਾਈ ਹੋਈ ਆ ਔਰ ਉਹਨਾਂ ਨੇ ਭਭੂਤੀ ਪੜ੍ਹੀ ਹੋਈ ਆ, ਕੰਨਾਂ ਦੇ ਵਿੱਚ ਉਹ ਪਾਇਓ ਆ ਕੁੰਡਲ, ਉਹ ਸਾਰੇ ਸ਼ਿਵ ਜੀ ਵਾਂਗੂ ਜਿੱਦਾਂ ਬਾਲਕਨਾਥ ਵਾਂਗੂ ਬਣੇ ਹੋਏ ਆ ਔਰ ਘੋੜਾ ਚੱਕਿਆ ਆ। ਯਾਨੀ ਗੁਰੂ ਨਾਨਕ ਦੇਵ ਜੀ ਦੇ ਪਰਿਵਾਰ ਦੇ ਦੋਨਾਂ ਬੱਚਿਆਂ ਨੂੰ ਮਨੁਵਾਦੀਆਂ ਨੇ ਆਪਣੇ ਹੱਥ ਵਿੱਚ ਲੈ ਕੇ ਹਾਲੇ ਵੀ ਉਹ ਮਨੁਇਜ਼ਮ ਦੇ ਲਿਹਾਜ਼ ਦੇ ਨਾਲ ਹੀ ਉਹਨਾਂ ਦੇ ਸਿਧਾਂਤ ਨੂੰ ਪੂਰਾ ਰੱਖਦੇ ਆ ਤਾਂ ਕਿ ਗੁਰੂ ਨਾਨਕ ਦੇਵ ਜੀ ਦੀ ਦੱਸਿਆ ਜਾਵੇ ਵੀ ਆਹ ਉਹਨਾਂ ਦੇ ਪੁੱਤਰ ਸਾਡੇ ਨਾਲ ਆ, ਆਹ ਗੁਰੂ ਨਾਨਕ ਦੇਵ ਜੀ ਇਹ ਜਿਹੜੇ ਵਿਕਟਮ ਸੋਸ਼ਲ ਸਿਸਟਮ ਉਹਨਾਂ ਨਾਲ ਰਲ ਗਏ। ਇਸ ਕਰਕੇ ਅਸੀਂ ਦੱਸਦੇ ਹਾਂ ਇਹਨਾਂ ਗੱਲਾਂ ਨੂੰ ਸਮਝਣਾ ਬੜਾ ਜ਼ਰੂਰੀ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਤੁਸੀਂ ਲਾਲੋ ਨਾ ਰਹਿਣਾ, ਹੁਣ ਤੁਸੀਂ ਕਹਿੰਦੇ ਦਿਖਾਉਣ ਨਾ ਰਹਿਣਾ। ਲਾਲੋ ਦਾ ਮਤਲਬ ਇਹ ਸੀਗਾ ਜਿਹੜੇ ਹੱਥੀਂ ਕੰਮ ਕਰਦੇ ਆ, ਮਜ਼ਦੂਰ ਕਿਸਾਨ ਪਿਛਲੇ ਵਰਗ ਦੇ ਲੋਕ ਸਾਰੇ ਹੀ, ਇਹ ਸਾਰੇ ਦੇ ਸਾਰੇ ਕੌਣ ਸੀਗੇ? ਵਿਕਟਮ ਆ ਸੋਸ਼ਲ ਸਿਸਟਮ। ਇਹ ਲਾਲੋ ਨੂੰ ਗੁਰੂ ਨਾਨਕ ਨੇ ਕਿਹਾ ਵੀ ਆਹ ਆ ਲਾਲੋ। ਉਹਨੇ ਕਿਹਾ ਵੀ ਜਿਹੜੇ ਮਲਕ ਭਾਗੋ ਆ ਫਿਊਡਲ ਲੋਰਡਸ ਕੈਪੀਟਲਿਸਟ, ਉਹਨਾਂ ਦਿਨਾਂ ਦੇ ਵਿੱਚ ਫਿਊਡਲ ਲੋਰਡਸ ਕੌਣ ਸੀਗਾ? 6% ਠਾਕਰ, 4% ਬਾਣੀਆਂ ਔਰ 5% ਬਾਣਾ, ਇਹ 15% ਬਿਜਨਸ ਵੀ, ਪੋਲੀਟੀਕਲ ਪਾਵਰ, ਟਰੇਡ, ਕਮਰਸ, ਕਲਚਰ ਆਪਣੇ ਹੱਥ ਵਿੱਚ ਲੈ ਕੇ 5% ਜਿਹੜਾ ਬ੍ਰਾਹਮਣ ਆ ਉਹਦੇ ਕੋਲ ਅੱਜ 73% ਨੌਕਰੀਆਂ ਆ। ਸਾਰੀਆਂ ਪਾਰਟੀਆਂ ਦੇ ਉਹ ਪ੍ਰਧਾਨ ਆ, ਕਾਂਗਰਸ, ਕਾਂਗਰਸ, ਭਾਰਤੀ ਜਨਤਾ ਪਾਰਟੀ ਔਰ ਬਿਊਰੋਕ੍ਰੇਸੀ ਇਹਨਾਂ ਕੋਲ, 1900 ਕੈਬਨਿਟ ਸੈਕਟਰੀ ਇਹਨਾਂ ਕੋਲ, ਔਰ ਜਿੰਨੇ ਵੀ ਅੱਜ 75% ਜਿਹੜੀ ਗੌਰਮੈਂਟ ਦੀ ਨੌਕਰੀ ਆ ਉਹ ਵਾਹਮਣਾਂ ਕੋਲ ਆ, ਕਦੀ ਨਹੀਂ ਆਪਣੇ ਦੱਸਦੇ। ਔਰ ਜਿਹੜਾ 4% ਬਿਜਨਸ, ਜਿਹੜਾ 4% ਬਾਣੀਆਂ, 95% ਬਿਜਨਸ ਆ ਇਹਨਾਂ ਕੋਲ, ਇੰਡਸਟਰੀ ਹੈ ਜਿਹੜੀ ਸਾਰੀ, ਟਾਟਾ ਬਿਰਲਾ ਐਂਡ ਆਲ, 6% ਬੀਬੀ ਸਿੰਘ ਉਹਨਾਂ ਦੀ ਜਿਹੜੀ ਜ਼ਮੀਨ ਆ, 96% ਆ, 4% ਆ ਜਿਹੜੇ ਆ ਗਰੀਬਾਂ ਕੋਲ ਆ, ਕਿਸਾਨਾਂ ਕੋਲ, ਜਿਹਨਾਂ ਨੂੰ ਅਸੀਂ ਛੂਦਰ ਕਹਿੰਦੇ ਹਾਂ ਔਰ ਜਿਹੜੇ ਇਹ ਸੈਣੀ ਨਾਈ ਦੂਸਰੇ ਆਪਣੇ ਮੁਲਾਇਮ ਸਿੰਘ ਹੁਣੀ ਹੋਣ ਜਾਂ ਸਾਰੇ ਜਿਹੜੀ ਕੌਮਾਂ ਆ ਛੋਟੀਆਂ, ਇਹ ਸਾਰਿਆਂ ਕੋਲ 4% ਸਾਰੀ ਜ਼ਮੀਨ ਹੈ। ਔਰ ਇਹਨਾਂ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਇਹਨਾਂ ਦਾ ਭਾਈ ਬਣ ਕੇ ਰਹਿਣਾ, ਪਰੰਤੂ ਉਹਨਾਂ ਨੇ ਬ੍ਰਾਹਮਣੀ ਕਾਲ ਢਾਂਚੇ ਨੇ ਆਪਣੇ ਨਾਲ ਲਾ ਕੇ, ਪਰੰਤੂ ਉਹਨਾਂ ਨੂੰ ਪੈਰਾਂ 'ਚ ਰੱਖਿਆ ਕਿ ਪੰਡਿਤ ਜੀ ਪੈਰੀ ਪੈਂਦੇ ਆ, ਪਰ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਇਹਨਾਂ ਨੂੰ ਪੈਰਾਂ ਵਿੱਚ ਦਵਾ ਕੇ ਰੱਖਣਾ। ਇਸ ਕਰਕੇ ਅੱਜ ਅਸੀਂ ਇਸ ਸਿਸਟਮ ਨੂੰ ਅਸੀਂ ਪੜ੍ਹ ਗਏ ਹਾਂ, ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਰੱਬ ਨੇ ਨਹੀਂ ਮਾਰਿਆ, ਸਾਨੂੰ ਬ੍ਰਾਹਮਣੀ ਕਾਲ ਢਾਂਚੇ ਨੇ ਮਾਰਿਆ। ਭਾਈਚਾਰਾ ਬਣਾਉਣਾ, ਜਾਤ ਪਾਤ ਤੋਂ ਰਹਿਸ ਮਨਾਉਣਾ, ਬ੍ਰਦਰਹੁੱਡ ਆਫ ਏ ਮੈਨ ਬਣਾਉਣਾ, ਯੂਨਿਟੀ ਆਫ ਗੋਡ ਹੈਡ ਬਣਾਉਣਾ, ਇਹ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗ ਆ। ਅੱਜ ਅਸੀਂ ਸਮਝ ਗਏ ਹਾਂ, ਅੱਜ ਸਾਨੂੰ ਕਿਸਾਨਾਂ ਨੂੰ ਵੀ ਨਾਲ ਲੈਣਾ ਪਊਗਾ, ਅੱਜ ਬੈਕਵਰਡ ਸ਼ਡਿਊਲ ਕਾਸਟ ਨੂੰ ਨਾਲ ਇਕੱਠੇ ਕਰਨਾ ਪਊਗਾ, ਅੱਜ ਜਿੰਨੇ ਵੀ ਮਜ਼੍ਹਬੀ ਆ ਜਿਹੜੇ 1704 ਨੂੰ ਸ਼ਹੀਦ ਹੋਏ ਆ, ਬਾਬਾ ਜੀਵਨ ਸਿੰਘ ਮਜ਼੍ਹਬੀ ਅੱਜ ਉਹ ਸੀਰੀ ਆ, ਸੰਗਤ ਸਿੰਘ ਚਮਾਰ ਉਹ ਵਿਚਿੱਤਰ ਅੱਜ ਉਹ ਕਾਮੇ ਆ, ਔਰ ਵਿਚਿੱਤਰ ਸਿੰਘ ਉਹ ਬੈਕਵਰਡ ਆ, ਹੈ। ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ, ਮੋਤੀ ਮਹਿਰੇ ਦਾ ਦੇਖੋ ਉਹਦਾ ਕਸੂਰ ਕੀ ਸੀ? ਸਿਰਫ ਉਹਨੇ ਮਾਤਾ ਜੀ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਕਹਿ ਕੇ ਕਿਹਾ ਕਿ ਮਾਤਾ ਜੀ ਫਿਕਰ ਨਾ ਕਰੋ, ਅਸੀਂ ਜੀਨੇ, ਅਸੀਂ ਸਾਰਾ ਤੁਹਾਡਾ ਧਿਆਨ ਰੱਖਾਂਗੇ, ਵੀ ਮੈਂ ਇੱਥੇ ਕੰਮ ਕਰਦਾ। ਬੱਚਿਆਂ ਨੂੰ ਦੁੱਧ ਪਿਲਾਇਆ ਔਰ ਜਾ ਕੇ ਗੰਗੂ ਵੰਗੂ ਹੋਣੀ ਉਹਨਾਂ ਨੇ ਜਾ ਕੇ ਦੱਸ ਦਿੱਤਾ ਵੀ ਆਹ ਗੱਲ ਹੋ ਰਹੀ ਹੈ। ਉਹਨੇ ਜਾ ਕੇ ਦੱਸ ਦਿੱਤਾ ਤਾਂ ਮੋਤੀ ਮਹਿਰੇ ਦੀ ਔਲਾਦ ਨੂੰ, ਉਹਨਾਂ ਮੋਤੀ ਮਹਿਰੇ ਦੀ ਔਰ ਪਰਿਵਾਰ ਨੂੰ, ਉਹ ਬੱਚੇ ਮੈਨੂੰ ਮਿਲੇ, ਉਹਨੇ ਇਹ ਦੱਸਿਆ ਕਿ ਸਾਡਾ ਸਾਰਾ ਪਰਿਵਾਰ ਸੀਗਾ ਜਿਹੜਾ ਉਹ ਕੋਹਲੂ ਦੇ ਵਿੱਚ ਚੀਕ ਦਿੱਤਾ। ਆਏ ਉਹ ਜਿਹੜੇ ਉਹ ਪੁੱਠੀਆਂ ਖੱਲਾਂ ਲਹਾਏ, ਜਿਹੜੇ ਤਾਂ ਚਰਖੀਆਂ 'ਤੇ ਚੜ੍ਹੇ ਔਰ ਜੇ ਜਿਹਨਾਂ ਦੇ ਨਾਲ ਐਡੇ ਬੜੇ ਹੋਏ, ਇਹ ਇੱਕ ਬ੍ਰਾਹਮਣੀ ਕਾਲ ਢਾਂਚੇ ਦੇ ਵਿਰੁੱਧ ਜੋ ਸਾਡੇ ਕੋਲ ਅਰਦਾਸ ਹੈ ਉਹਨੂੰ ਹਮੇਸ਼ਾ ਸੁਣੋ। ਉਹਦੇ ਵਿੱਚ ਬ੍ਰਾਹਮਣੀ ਕਾਲ ਢਾਂਚੇ ਦੇ ਵਿਰੁੱਧ ਜੋ ਲੜਾਈ ਲੜੀ ਹੈ ਉਸ ਨੂੰ ਸੌਖਾ ਕਰਨ ਦੇ ਲਈ ਮੈਂ ਪਾਰਲੀਮੈਂਟ ਵਿੱਚ ਇਹ ਗੱਲ ਨਵਜੀਤ ਜੀ ਕਹੀ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਮੁਸਲਮਾਨ ਮੀਆਂ ਮੀਰ ਨੇ ਰੱਖਿਆ। ਕਿਉਂ ਰੱਖਿਆ? ਕਿਉਂਕਿ ਗੁਰੂ ਨਾਨਕ ਦੇਵ ਜੀ ਦੇ ਨਾਲ
मरदाना जी नाल सन। और जिस वेले मियाँ मीर जी ने रखिया उधरले पासे हर गोबिंद सिंह जी नू किले दे विचों इन्हां ने आजाद कराया। वह मैं जगह देखी है जिते गुरु हरगोबिंद जी नू उन्होंने नाल संगल बनी उसे वह मैं थले जाके सारी देखी हुई है। इस करके मैं दसदा कि मैं हूँ 23 दिसंबर नू मैं जनवरी नू बोल के आया टी वी जलंधर से कि एक दिन आया जिस दिन एक तो तलवार मियाँ मीर मुसलमान के पुत्रां दे हाथ में फड़ाती, एक तलवार गुरु हरगोबिंद जी के पुत्रां दे हाथ से फड़ाती, दोए लड़ पाए, दोए बंड हो गए, दोनों के खून खराबा हो गया। पाकिस्तान 1947 नू बामण जाके दिल्ली के ढोलकियां बजाउण लग पाए। इस करके ये जिहड़ियां गल्लां आ ये सानू जरूर आ, क्योंकि मैं पार्लीमेंट च कहा कि जिन्हां दा दरबार साहब ढाया वो अतवादी और जिन्हें ढाया उस अतवादी, जिन्हां दी बाबरी मस्जिद ढही वो अतवादी, जिन्हें ढाया उस अतवादी। इस करके मैं ये दसदा हाँ कि जिस वेले मैं पार्लीमेंट में यह गल कही कि संत जरनैल सिंह भिंडरांवाले जी जिस वेले हरियाणे दे विच जात पात नूं खत्म करन दे लई प्रचार करन गए तो सरकार ने उन्होंने फड़ लिया। उन्होंने कहा भी जे मेरा कसूर सी तुसीं फड़िया क्यों, मैंने छड़िया क्यों, जे कसूर नहीं तो फड़िया क्यों, लड़ाई जिदा रणक दी शुरू हो गई। आ हुण ही मैं कहा भोग पै के हटिया उन्हां दा अंतम संस्कार दे उपर जिहड़े साडे अपने हैगे सीगे तूफान जी बई फगवाड़े तो लैके और कीरतपुर तक पूरी दियां पूरियां गड्डियां और उन्हां दे भोग दे उपर 3 लाख आदमी इकट्ठे होए। पार्लीमेंट में एक आदमी कहिंदा जी 3 नसियां 4 लाख से, मैं कहा सुन लो और जिन्हां नूं तुसीं अतवादी कहिंदे हो उन्हां दे भोगां दे उपर 4-4 लाख नूं इकट्ठे हुंदे आ। इस करके मैं तुहानूं इह दसणा चाहुंदा हाँ कि इह लोक आ जिहड़े मानवतावाद की लड़ाई लड़ते हैं। गुरु गोबिंद सिंह जी का दर्शाया प्रोग्राम लैके चले आ, जिस वेले मैं MP बनया और जब मैं जाके संत जरनैल सिंह भिंडरांवाले जी के पिता जी अपने बाबा जी को गया तो उन्होंने घर कच्चा, मैं बाबा जी ने पूछा मैं क्या घर किहदा, कहिंदा संत जरनैल सिंह का, मैं कांशी राम नूं कहा मैं क्या संत जरनैल सिंह भिंडरांवाले जी का घर तो कच्चा, वह कहिंदा जा घर बना लो जा समाज बना लो। भी इस करके उस दिन तो असीं यह कहा कि ना असीं विकणा ना समाज ਨੂੰ ਅਸੀਂ ਵੇਚਣਾ ਔਰ ਨਾ ਹੀ ਅਸੀਂ ਘਰ ਬਣਾਉਣਾ। ਇਹ ਕਿਉਂ ਜਿਨ੍ਹਾਂ ਮਹਾਨ ਹਸਤੀਆਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਮਾਜ ਦੇ ਲਈ ਕੁਰਬਾਨੀਆਂ ਦਿੱਤੀਆਂ, ਸਾਨੂੰ ਉਹਨਾਂ ਦੇ ਕੁਛ ਸਿੱਖ ਕੇ ਉਹਨਾਂ ਦੇ ਦਰਸਾਏ ਹੋਏ ਪ੍ਰੋਗਰਾਮ ਨੂੰ ਅੱਗੇ ਚਲਾਉਣਾ, ਇਹ ਇੱਕ ਇਨਸਾਨਾਂ ਦਾ ਕੰਮ ਹੈ। ਇਸ ਕਰਕੇ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ, 80,000 ਆਦਮੀ ਕਿੱਥੋਂ ਆਏ, ਕੋਈ ਮਹਾਰਾਸ਼ਟਰ 'ਚੋਂ ਆਇਆ, ਕੋਈ ਕੇਰਲਾ ਵੱਲੋਂ ਆਇਆ, ਕੋਈ ਕਰਨਾਟਕਾ ਵੱਲੋਂ ਕਿਤੇ ਵੀ ਆਏ ਆ ਸਾਰੇ, ਅਸੀਂ ਇਸ ਦੇਸ਼ ਦੇ ਪ੍ਰਚਾਰ ਨੂੰ ਜੇ ਨਾਈ ਜੀ ਛੀਮੇ ਲੁਹਾਰ ਤਖਾਣ ਸਾਰੇ ਅਸੀਂ ਇਕੱਠੇ ਕਰ ਲਈਏ। ਹੁਣ ਇਹ ਠੀਕ ਹੈ ਜਿਹੜਾ ਪੰਜਾਬ ਦਾ ਜੱਟ ਆ ਰਾਜਪੁਰ ਤੇ ਅੱਗੇ ਹੈ ਨਹੀਂ, ਕਿਉਂਕਿ ਅੱਗੇ ਜੱਟ ਆ, ਜਾਟਦੀ ਤਾਂ ਜੱਟ ਦੀ ਮਨੁਵਾਦੀਆਂ ਨੇ ਬੜੀ ਲੜਾਈ ਕੀਤੀ ਹੋਈ ਆ, ਅਸੀਂ ਉਹਨਾਂ ਨੂੰ ਵੀ ਸਿਖਾਉਣਾ ਗੁਰੂ ਗ੍ਰੰਥ ਸਾਹਿਬ ਬਾਰੇ। ਅਸੀਂ ਇਹ ਗੱਲ ਉਹਨਾਂ ਨੂੰ ਜਾ ਕੇ ਨਾਮਦੇਵ ਦੀ ਔਲਾਦ ਨੂੰ ਦੱਸਣੀ ਆ ਵੀ ਜਿਸ ਨੇ ਸਿੱਖਿਜ਼ਮ ਦੀ ਲਹਿਰ ਨੂੰ ਚਲਾਉਣ ਦੇ ਲਈ ਐਡੀਆਂ ਬੜੀਆਂ ਹਸਤਾ ਕਿਲੇ ਤੇਰੇ ਦੌਰੇ ਆਇਆ, ਬਾਂਹ ਪਕੜ ਛਿੰਬਾ ਬਾਹਰ ਵਗਾਇਆ, ਕੋਲਹਾਪੁਰ ਦੇ ਵਿੱਚੋਂ ਚੱਕ ਕੇ ਬਾਹਰ ਮਾਰਿਆ, ਸਿੱਖਿਜ਼ਮ ਦੀ ਲਹਿਰ ਸ਼ੁਰੂ ਕੀਤੀ ਕਿ ਮੈਨੂੰ ਲੱਤਾਂ 'ਤੇ ਬਾਂਹ 'ਤੇ ਚੱਕ ਕੇ ਕੰਧ 'ਤੇ ਬਾਹਰ ਬ੍ਰਾਹਮਣਾਂ ਨੇ ਮਾਰਿਆ ਔਰ ਮੈਨੂੰ ਘੁਮੇਟਣੀਆਂ ਆ ਗਈਆਂ, ਮੈਂ ਕਿਹਾ ਬਿਲਡਿੰਗਾਂ ਇਹ ਘੁੰਮਦੀਆਂ, ਇਹ ਕਹਿੰਦੇ ਲੈ ਜੀ ਮੰਦਰ ਹੀ ਘੁੰਮ ਗਿਆ। ਯਾਨੀ ਇੰਨਾ ਮਜ਼ਾਕ ਉਡਾਇਆ ਇਹਨਾਂ ਲੋਕਾਂ ਨੇ, ਉੱਥੋਂ ਸ਼ੁਰੂ ਹੋ ਜਾਂਦੀ ਹੈ ਗੱਲ, ਉੱਥੋਂ ਫਿਰ ਗੱਲ ਕਰਦੇ ਕਰਦੇ ਜਾਂਦੇ ਜਾਂਦੇ ਸ਼ਹੀਦੀਆਂ ਦੇਣੀਆਂ ਸ਼ੁਰੂ ਹੋ ਗਈਆਂ। ਹਾਂਜੀ ਹਾਂਜੀ ਹਾਂ ਅੱਛਾ
ਹਾਂ ਨਵੀਆਂ ਰੰਧਾਵਾ ਸਾਹਿਬ ਗੱਲ ਇੱਦਾਂ ਸੀ ਵੀ ਜਿਸ ਵੇਲੇ ਅਸੀਂ ਇਸ ਮੂਵਮੈਂਟ ਨੂੰ ਸ਼ੁਰੂ ਕੀਤਾ ਬ੍ਰਾਹਮਣਵਾਦ ਦੇ ਵਿਰੁੱਧ 15% ਦੇ ਵਿਰੁੱਧ ਲੜਾਈ, ਇਹ ਇੱਕ ਲੜਾਈ ਸੀ, ਇਹ ਇੱਕ ਮੂਵਮੈਂਟ ਆ। ਹਾਂ ਮਨਜੀਤ ਜੀ, ਮੈਂ ਇਹ ਆਪਣੇ ਕਾਲਰ ਦਾ ਇੱਕ ਮਿੰਟ ਪਹਿਲਾਂ ਮੈਂ ਮਾੜੀ ਜਿਹੀ ਬੋਲਦਾ ਵਾਂ, ਫਿਰ ਮੈਂ ਜ਼ਰੂਰ ਦੱਸਦਾ। ਕਿਉਂਕਿ ਗੱਲ ਇਹ ਜੀ ਇਹ ਸੀਗੀ ਵੀ ਜਿਸ ਵੇਲੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸੇਧ ਗੁਰੂ ਗੋਬਿੰਦ ਸਿੰਘ ਦਾ ਦਰਸਾਇਆ ਪ੍ਰੋਗਰਾਮ ਲੈ ਕੇ ਚੱਲੇ ਆ, ਉਸ ਵੇਲੇ ਮਨਜੀਤ ਜੀ ਦਰਬਾਰ ਸਾਹਿਬ ਇਹਨਾਂ ਨੇ ਬੰਬੇ ਕਰ ਦਿੱਤੀ ਸੀ। 422 MP ਸੀਗੇ।
और जिस दिन पहला मैं इलैक्शन लड़ी है 85 च असी 32 सीटा कांग्रेस दी हारातियां जब मैं गया उस वेले 422 एमपियां तो 112 एमपी ले आते हुण यह जिहड़ी मूवमेंट सी यह असी दुश्मन दे वार ऑफ टैक्टस नूं चंगी तरह समझिया क्योंकि दुश्मन कौन आ ये बाहरों आए 15% आरिया लोगों ने जिन्होंने सानू हजारां साल पशुओं नाल भी भैड़ा बना के रख्या और 18 अगस्त 1932 बाबा साहब डॉक्टर अंबेडकर ने अंग्रेजों की मेहरबानी ना सानू पढ़न का अधिकार जमीन का अधिकार रिजर्वेशन का अधिकार लैके दिता 1935 के एक्ट के विच बन गया 1936 अकालियों के लीडर तारा चंद मल्होत्रा उन्होंने इसकी विरोधता की कि जे मेरे 40-50 सिख मर भी गए ये जिहड़ा क्यूमिनल अवार्ड है 1935 के एक्ट चो कढ़ा दो इहदा मतलब ये मैं तुहानू दसना चाहुंदा कि असी वार ऑफ टैक्टस नूं हुण असी शुरू कीता देखिया क्योंकि गुरुकुल कांगड़ी दे विच इन्हां दा ट्रेनिंग सेंटर है जिथे RSS विश्विंदू मिश्र ते बजरंग दल सारे लोग ट्रेनिंग लै के और रुपया दे के बड़ बड़ियां फैक्ट्रियां दिनियां उत्थों फिर 900 PhD फिलोसफर तैयार हुंदा ਉਹੀ ਫਿਰ IAS ਉਹੀ ਫਿਰ ਅਟਲ ਬਿਹਾਰੀ ਵਾਜਪਾਈ ਹੁਣੀ ਬਣਦੇ ਆ ਉਹੀ ਅਡਵਾਨੀ ਹੁਣੀ ਬਣਦੇ ਆ ਉਹੀ ਨਰਸਿਮ ਰਾਓ ਹੁਣੀ ਬਣਦੇ ਆ ਉਹੀ ਸਾਰੇ ਦੇ ਸਾਰੇ ਜਿੰਨੇ ਵੀ ਕਾਮਰੇਡ PC ਜੋਸ਼ੀ ਔਰ ਡਾਕਟਰ ਡਾਂਗੇ ਹੁਣੀ ਇਹ ਸਾਰੇ ਦੇ ਸਾਰੇ ਜਿਹਨਾਂ ਨੂੰ ਅਸੀਂ ਗੁਰੂਕੁਲ ਕਾਂਗੜੀ ਦੇ ਟ੍ਰੇਨਡ ਵਰਕਰ ਹੈ ਜਿਹਨਾਂ ਨੂੰ ਅਸੀਂ ਸ਼ਿਵਲਿੰਗ ਦੀ ਪ੍ਰੋਡਕਟ ਵੀ ਕਹਿੰਦੇ ਹਾਂ ਇਹ ਲੋਕ ਸਾਰੇ ਦੇ ਸਾਰੇ 15% ਇਹ ਜਦ ਤੱਕ ਅਸੀਂ ਬਾਰ ਆਫ ਟੈਕਟਸ ਨੂੰ ਸਿੱਖ ਕੇ ਅਸੀਂ ਇਹਨਾਂ ਨੂੰ ਕੈਡਰਾਈਜ਼ ਨਹੀਂ ਕਰਦੇ ਅਸੀਂ ਕੈਡਰਾਈਜ਼ ਆਦਮੀ ਹਾਂ ਵਿਕੇ ਨਹੀਂ ਹੈ 1985 ਤੋਂ ਬਾਅਦ ਕੁਛ ਲੋਕ ਆਏ ਅੱਜ ਜਿਹੜੀ ਮੇਰੇ ਸਾਥੀ ਨੇ ਗੱਲ ਕੀਤੀ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਕਿਰਪਾ ਰਾਮ ਪੰਡਿਤ ਜੀ ਜਿਹੜੇ ਬ੍ਰਾਹਮਣ ਕਸ਼ਮੀਰ ਦੇ ਸਨ ਲੜਾਈ ਉਸ ਵੇਲੇ ਔਰੰਗਜ਼ੇਬ ਦੀ ਬ੍ਰਾਹਮਣਾਂ ਦੇ ਜਨੇਊ ਲਾਉਂਦਾ ਸੀ ਉਸ ਵੇਲੇ ਸਿੱਖਾਂ ਨਾਲ ਔਰੰਗਜ਼ੇਬ ਦੀ ਕਿਤੇ ਵੀ ਲੜਾਈ ਨਹੀਂ ਹੋਈ ਔਰ ਪਿੰਡਤਾ ਕਿਰਪਾ ਰਾਮ ਪੰਡਿਤ ਨੇ ਐਸਾ ਗੁਰੂ ਤੇਗ ਬਹਾਦਰ ਜੀ ਨੂੰ ਕੌਨਸਪਰੇਸੀ ਦੇ ਲਿਹਾਜ਼ ਨਾਲ ਪਤਾ ਨਹੀਂ ਕਿਹੜੀ ਗੱਲ ਅੱਜ ਤਾਈਂ ਹੋਈ ਆ ਉਹਨਾਂ ਨੂੰ ਆਗਰੇ ਲਿਜਾ ਕੇ ਜਿਸ ਵੇਲੇ ਆਗਰੇ ਤੋਂ ਰੈਸਟ ਕਰਾ ਕੇ 1675 ਨੂੰ ਉਹਨਾਂ ਨੂੰ ਸ਼ਹੀਦ ਕਰਾਤਾ ਉਸ ਵੇਲੇ ਕਿਰਪਾ ਰਾਮ ਪੰਡਿਤ ਜੀ ਕਿੱਥੇ ਸੀ ਇਹ ਸਾਰੇ ਜਿਹੜੇ ਸਾਜਿਸ਼ ਸੀਗੇ ਫਿਰ ਉਹਨਾਂ ਦੇ ਪੁੱਤਰ ਨੇ ਕਿਉਂ 1688 ਨੂੰ ਲੜਾਈ ਲੜੀ ਬ੍ਰਾਹਮਣਵਾਦ ਦੇ ਵਿਰੁੱਧ ਕਿਉਂ ਗੰਗੂ ਨੇ ਉਹਨਾਂ ਦੇ ਪੁੱਤਰਾਂ ਨੂੰ ਫਸਾਇਆ ਇਸ ਕਰਕੇ ਲਿਖਣ ਵਾਲੇ ਵੀ ਇਹੀ ਸੀਗੇ ਨਾ ਜੱਟਾਂ ਦੇ ਵਿੱਚੋਂ ਕੋਈ ਪੜ੍ਹਿਆ ਸੀਗਾ ਨਾ ਚਮਾਰਾਂ ਚੂਹਣਿਆਂ ਦੇ ਵਿੱਚੋਂ ਸੀਗਾ ਨਾ ਨਾਂਝਾਂ ਝੀਰਾਂ 'ਚੋਂ ਸੀਗਾ ਇਹ ਲਿਖਣ ਵਾਲੇ ਵੀ ਬ੍ਰਾਹਮਣ ਹੀ ਸੀਗੇ ਇਤਿਹਾਸ ਨੂੰ ਹੁਣ ਸਾਨੂੰ ਇਤਿਹਾਸ ਨੂੰ ਪਤਾ ਲੱਗਦਾ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਸੋਚ ਆ ਅਸੀਂ ਉਸ ਸੋਚ ਨੂੰ ਜਦ ਸਮਝਦੇ ਹਾਂ ਕਿਤੇ ਵੀ ਗੁਰੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਤੱਕ ਬ੍ਰਾਹਮਣਵਾਦ ਦੇ ਨਾਲ ਕਿਤੇ ਵੀ ਸਮਝੌਤਾ ਨਹੀਂ ਕੀਤਾ ਔਰ ਅਸੀਂ ਵੀ ਨਹੀਂ ਕਰਾਂਗੇ ਆਹ ਜਿਹੜੀ ਮਾਇਆਵਤੀ ਦੀ ਗੱਲ ਕੀਤੀ ਆ ਅੱਜ ਮਾਇਆਵਤੀ ਨੂੰ ਉਹਨਾਂ ਨੇ ਆਪਣੇ ਹੱਥਾਂ ਵਿੱਚ ਲੈ ਕੇ ਆਹ ਜਿਹੜੇ ਹਜ਼ਾਰ ਅਸੀਂ ਤਾਂ ਨੋਟ ਵੀ ਦਿਓ ਔਰ ਵੋਟ ਵੀ ਦਿਓ ਲੈ ਕੇ 2 ਵਾਰ ਮੈਂਬਰ ਪਾਰਲੀਮੈਂਟ ਬਣੇ ਆ ਅੱਜ ਕਰੋੜਾਂ ਰੁਪਈਆ ਜਿਹੜਾ ਹਾਰ ਪਾਉਂਦੇ ਆ ਇਹ ਕੌਣ ਆ ਇਹ ਮਾਫੀਆ ਇਹ ਬੜੇ ਬੜੇ ਜਗੀਰਦਾਰ ਆ ਅੱਜ UP ਦੇ ਵਿੱਚ 51 ਕੈਬਨਿਟ ਮਿਨਿਸਟਰ ਆ ਉਹਦੇ ਵਿੱਚੋਂ 31 ਬ੍ਰਾਹਮਣ ਆ 2 ਜਮਾਰ ਆ ਔਰ ਮੈਂ ਔਰ ਕਾਂਸ਼ੀ ਰਾਮ ਨੇ ਆਜ਼ਾਦੀ ਦੀ ਤੀਸਰੀ ਲੜਾਈ ਦਾ ਉਦਘਾਟਨ ਕੀਤਾ ਕੋਲਹਾਪੁਰ ਤੋਂ 1993 ਨੂੰ ਉਹ ਜਿਹੜੀ ਆਜ਼ਾਦੀ ਦੀ ਲੜਾਈ ਦੀ ਸਾਡੇ ਕੋਲ ਕੈਸਟ ਆ ਉਹ UP ਦੇ ਵਿੱਚ ਪਿਛਲੀ ਮਾਰਚ ਨੂੰ ਬੈਨ ਕਰ ਦਿੱਤੀ ਉਹਨਾਂ ਨੇ ਸਾਰੇ ਬ੍ਰਾਹਮਣ ਉੱਠ ਕੇ ਖੜ੍ਹੇ ਹੋ ਗਏ ਮਾਇਆਵਤੀ ਤੋਂ ਪੁੱਛਿਆ ਬਈ ਇਹ ਜਿਹੜੀ ਆਜ਼ਾਦੀ ਦੀ ਤੀਸਰੀ ਲੜਾਈ ਆ ਇਹਦੇ ਬਾਰੇ ਦੱਸ ਉਹ ਕਹਿੰਦੀ ਮੈਨੂੰ ਤਾਂ ਪਤਾ ਨਹੀਂ ਉਹਨੇ ਬੈਨ ਕਰਤਾ ਮੈਂ ਫਿਰ ਪ੍ਰੈਸ ਕਾਨਫਰੰਸ ਕੀਤੀ ਮੈਂ ਕਿਹਾ ਵੀ ਪਤਾ ਕਿੱਦਾਂ ਨਹੀਂ ਇਹ ਤਾਂ ਮੈਂ ਤਾਂ ਕਾਂਸ਼ੀ ਰਾਮ ਨੇ ਲੜਾਈ ਦੀ ਬੈਨ ਬਣਾਈ ਆ ਪਹਿਲੀ 1270 ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਬ੍ਰਾਹਮਣਵਾਦ ਦੇ ਵਿਰੁੱਧ ਲੜਾਈ ਲੜੀ ਆ ਦੂਸਰੀ 1848 ਤੋਂ ਲੈ ਕੇ 6 ਦਸੰਬਰ 1956 ਤੱਕ ਮਹਾਤਮਾ ਜੋਤੀ ਰਾਏ ਫੂਲੇ ਸੈਣੀ ਤੋਂ ਲੈ ਕੇ ਇਹ ਲੜਾਈ ਲੜੀ ਆ ਤੀਸਰੀ ਲੜਾਈ ਅਸੀਂ ਲੜਨ ਲੱਗੇ ਅਤੇ ਇਸ ਕਰਕੇ ਅਸੀਂ ਇਹ ਦੱਸਦੇ ਹਾਂ ਅੱਜ ਮਾਫੀਆ ਔਰ ਜਿੰਨਾ ਵੀ ਇਹ ਬ੍ਰਾਹਮਣਿਕਲ ਢਾਂਚਾ ਵੱਡਾ ਜਗੀਰਦਾਰ ਜਿੰਨਾ ਵੀ ਸਾਡੇ ਲੋਕਾਂ ਦਾ ਸਭ ਨਾਲੋਂ ਜ਼ਿਆਦਾ ਜ਼ੁਲਮ ਕਰਨ ਵਾਲੇ ਲੋਕ ਆ ਉਹ ਇਸ ਵੇਲੇ ਕੈਬਨਿਟ ਵਿੱਚ ਆ ਔਰ ਕੋਈ ਮਤਾ ਨਹੀਂ ਪਾਸ ਹੋ ਰਿਹਾ ਕੋਈ ਲੋਕਾਂ 'ਤੇ ਸੁਧਾਰ ਨਹੀਂ ਹੋ ਰਿਹਾ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਤੀਸ਼ ਮਿਸ਼ਰਾ ਉਹਦਾ ਚੀਫ ਐਡਵਾਈਜ਼ਰ ਆ ਸਾਰੇ ਬ੍ਰਾਹਮਣ ਆ ਜਿਹੜੇ ਉਹਨਾਂ ਦੇ ਐਡਵਾਈਜ਼ਰ ਆ ਸਾਰੇ ਜਿਹੜੀ ਕੌਂਸਲ ਆ ਔਰ ਅਕੋਰਡਿੰਗ ਟੂ ਦੇਅਰ ਓਨ ਵਿਲ ਦੇ ਉਸ ਪੀਪਲ ਆਰ ਡੂਇੰਗ ਇਸ ਕਰਕੇ ਜਿੰਨੀ ਵੀ ਕਰਪਸ਼ਨ ਆ ਜਿੰਨਾ ਵੀ ਪੈਸਾ ਜਾਂ ਸਾਡੇ ਨਾਲ ਰਹੀ ਸੀ ਉਸ ਵੇਲੇ ਕਿੱਥੇ ਕਰਪਸ਼ਨ ਸੀ 2 ਘਰ ਸੀ ਇੱਕ ਛੋਟਾ ਜਿਹਾ ਕਮਰਾ ਸਾ ਮੈਂ ਤਾਂ ਇਹ ਦੱਸਦਾ ਮੈਂ ਸਭ ਕੁਝ ਦੇਖਿਆ ਅਸੀਂ ਉਹਨਾਂ ਨੂੰ ਆਪਣੀ ਲੜਕੀਆਂ ਮੈਂ ਰੱਖਿਆ ਮੈਨੂੰ ਪਤਾ ਵੀ ਕੀ ਹੋਇਆ
मैं इस करके इन्हों अपने कलरों का मैं बेनती जो ये करा करदा कि इतिहास में ठीक तरीके मूवमेंट में समझो। ये जी लिखी हुई भगत सिंह जी ने जो मार्च जो अप मई 1928 भगत सिंह के साथियों की किताब उन्होंने भांजे ने प्रोफेसर ने लिखी आ उहदे विच बड़ी क्लीयर गल लिख दित्ती। हुण लाला लाजपत राय विरोधता करता सीगा, प्रधानगी करता मदन मोहन मालवीय विच बैठा वारे बामर सीगे, कहिंदा सोहणा समाज सुधार दे ठेकेदार, कुत्ता तेरी गोद विच बैठ सकदा, सारे घूम सकदा, जे अपने मंदरां च घूम सकदा, जे इक शूत मंदर विच चले जावे मंदर फलीत हो जांदा, रब नाराज हो जांदा। जट्टां दे मुंडे ने 1928 नूं कही और क्या पहलां तूं चूड़ियां दे मुंडे कोलों फुल्लां दा हार पा लैना फिर तूं सणे कपड़े जाके गंगा विच नहाउणा। ਉਹ ਸਮਾਜ ਸੁਧਾਰ ਦੀ ਗੱਲ ਕਰਦਾ ਜਦ ਕਹਿੰਦਾ ਔਰਤਾਂ ਦਾ ਜੱਟਾਂ ਦੀਆਂ ਕੁੜੀਆਂ ਨਾਈਆਂ ਚੀਰਾਂ ਚਮਾਰਾਂ ਦੀਆਂ ਕਿੰਨੀਆਂ ਸਕੂਲੇ ਪੜ੍ਹਦੀਆਂ, ਕਹਿੰਦਾ ਸਵਾਲ ਹੀ ਪਤਾ ਨਹੀਂ ਹੁੰਦਾ। ਔਰ ਆਹ ਕਹਿੰਦਾ ਗਾਂਧੀ ਦੀ ਨਪੁੰਸਕ ਚਾਲਾਂ ਦੇ ਨਾਲ ਤੁਹਾਨੂੰ ਆਜ਼ਾਦੀ ਨਹੀਂ ਮਿਲਣੀ। ਇਸ ਕਰਕੇ ਉਹਨਾਂ ਨੇ ਗੁਰੂ ਗੋਬਿੰਦ ਆਪਣੇ ਭਗਤ ਸਿੰਘ ਜੀ ਨੂੰ ਸ਼ਹੀਦ ਕਰਾਤਾ। ਔਰ ਮੈਨੂੰ ਇਹ ਗੱਲਾਂ ਜਿਹੜੀਆਂ ਜੇ ਬਾਅਦ ਦੇ ਵਿੱਚ ਪਤਾ ਲੱਗਾ, ਨਹੀਂ ਤਾਂ ਮੈਂ ਪਾਰਲੀਮੈਂਟ 'ਚ ਹੁੰਦਾ, ਮੈਂ ਚੱਕ ਕੇ ਸਪੀਕਰ ਦੇ ਸਿਰ 'ਚ ਮਾਰਨੀ ਸੀ ਵੀ ਤੁਸੀਂ ਤਾਂ ਕਹੀ ਜਾਂਦੇ ਹਾਂ ਬਈ ਲਾਲਾ ਲਾਜਪਤ ਰਾਏ ਦੀ ਸ਼ਹਾਦਤ ਦਾ ਬਦਲਾ ਲਿਆ, ਲਿਖਾਰੀ ਵੀ ਆਈ ਕਰਨ ਵਾਲੇ ਵੀ ਆਈ ਸ਼ਹੀਦ ਕਰਨ ਵਾਲੇ ਵੀ ਆਈ। ਹੁਣ ਮੈਨੂੰ ਇੱਕ ਦਿਨ ਮੈਂ ਇੱਥੇ ਟੀ ਵੀ 'ਤੇ ਸੁਣਿਆ ਕਿ 1980 ਦੇ ਵਿੱਚ ਭਗਤ ਸਿੰਘ ਜੀ ਦੇ ਪਿੰਡ ਜੋ ਲਾਹੌਰ ਦੇ ਵਿੱਚ ਜੋ ਆਪਣੇ ਪਾਕਿਸਤਾਨ 'ਚ ਆ ਉਹ ਆਦਮੀ ਨੂੰ ਪਤਾ ਲੱਗਾ ਕਿ ਇਹ ਭਗਤ ਸਿੰਘ ਦਾ ਪਿੰਡ ਆ ਇਹ ਘਰ ਆ। 1980 'ਤੇ ਨਾ ਤਾਂ ਪੰਜਾਬ ਦੀ ਪੰਜਾਬ ਦੀ ਸਰਕਾਰ ਨੇ ਟੋਲ ਲਿਆ, ਨਾ ਭਾਰਤ ਦੀ ਸਰਕਾਰ ਨੇ ਔਰ ਨਾ ਹੀ ਪਾਕਿਸਤਾਨ ਦੀ ਸਰਕਾਰ ਨੇ। ਮੈਂ ਤੁਹਾਨੂੰ ਇਹ ਦੱਸਦਾ ਕਿ 1952 ਤੱਕ ਭਗਤ ਸਿੰਘ ਜੀ ਦੇ ਪਿੰਡ ਦੇ ਨਾਲ ਮੇਰਾ ਪਿੰਡ ਕਰਨਾਣਾ ਆ, ਖਟਕੜਾਂ ਦਾ ਕਰਨਾਣਾ ਇੱਕੋ ਹੀ ਬੰਦਾ ਹੈ। 52 ਤੱਕ ਕਿਸੇ ਨੇ ਵੀ ਭਗਤ ਸਿੰਘ ਜੀ ਦਾ ਕੁਛ ਨਹੀਂ ਕੀਤਾ। ਹੁਣ ਬਾਅਦ ਦੇ ਵਿੱਚ ਹੌਲੀ ਹੌਲੀ ਕਾਮਰੇਡ ਵੀ ਦਵਾਈਆਂ ਪਾਉਣ ਲੱਗ ਪਏ, ਕਾਂਗਰਸ ਵੀ ਦਵਾਈ ਪਾਉਣ ਲੱਗ ਪਈ, ਹੁਣ BJP ਵੀ ਵਿੱਚ ਬੈਠੀ ਹੁੰਦੀ ਹੈ ਇਸ। ਹਾਂਜੀ ਕਿਉਂਕਿ ਮਨਜੀਤ ਅਤੇ ਨਵਜੀਤ ਜੀ ਗੱਲ ਇਹ ਸੀ ਵੀ ਸਾਨੂੰ ਪੂਰਾ ਪਤਾ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਅਸੀਂ ਮਨੁ ਸਮ੍ਰਿਤੀ ਦੀ ਮੂਵਮੈਂਟ ਨੂੰ ਖਤਮ ਨਹੀਂ ਕਰ ਸਕਦੇ। ਦੋਏ ਧਰਮ ਗ੍ਰੰਥ ਆ, ਇੱਕ ਗੁਰੂ ਗ੍ਰੰਥ ਸਾਹਿਬ ਆ, ਇੱਕ ਮਨੁ ਸਮ੍ਰਿਤੀ ਆ। ਮਨੁ ਸਮ੍ਰਿਤੀ ਬਾਹਰੋਂ ਆਏ ਆਰੀਆ ਦੀ ਆ 35 ਸਾਲਾਂ ਤੋਂ, ਗੁਰੂ ਗ੍ਰੰਥ ਸਾਹਿਬ ਇਸ ਦੇਸ਼ ਦੇ ਮੂਲ ਨਿਵਾਸੀਆਂ ਦਾ 85% ਲੋਕਾਂ ਦਾ। ਹੁਣ ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸੇਧ ਆ ਇਹਨੂੰ ਰਾਜਪੁਰੇ 'ਤੇ ਅੱਗੇ ਕਿਉਂ ਨਹੀਂ ਵਧਣ ਦਿੰਦੇ? ਉਹਨਾਂ ਨੂੰ ਇਹ ਪਤਾ ਜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਸਾਰਿਆਂ ਨੂੰ ਪਤਾ ਲੱਗ ਗਈ। ਆਹ ਜਿਹੜੀ ਤੁਸੀਂ ਇਹ ਗੁਰੂ ਰਵਿਦਾਸ ਦੇ ਸੰਤਾਂ ਦੀ ਗੱਲ ਕਰਦੇ ਹਾਂ, ਇਹ ਕਿਤੇ ਚਮਾਰ ਦਾ ਚੌਣਾ ਕਿਤੇ ਇੱਥੇ ਤਾਂ ਹੀ ਥੋੜ੍ਹਾ ਹੈ? ਇਹ ਤਾਂ ਮੈਂ ਜਦ ਮੈਂ ਕੇਰਲਾ 'ਚ ਵੀ ਗਿਆ, ਮੈਂ ਕਰਨਾਟਕਾ 'ਚ ਵੀ ਸਾਰਾ ਕੰਮ ਕੀਤਾ, ਮਦਰਾਸ 'ਚ ਕੀਤਾ, ਆਂਧਰਾ ਪ੍ਰਦੇਸ਼ 'ਚ ਕੀਤਾ, ਮਹਾਰਾਸ਼ਟਰ 'ਚ। ਇਹ ਜਿਹੜੀ ਕੌਮ ਆ ਇਹ ਨਾਈ ਚੀ ਛਿੰਬੇ ਚਮਾਰ ਤਾਂ ਵਾਲਮੀਕੀ, ਇਹ ਤਾਂ ਸਾਰੇ ਦੇਸ਼ 'ਚ ਆ।
ਇਹੀ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੀਗੇ। ਜੇ ਅਸੀਂ ਇਹਨਾਂ ਲੋਕਾਂ ਨੂੰ ਔਰਗਨਾਈਜ਼ ਕਰ ਦਈਏ ਸਾਰੇ ਦੇਸ਼ ਦੇ ਵਿੱਚੋਂ, ਤਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਨੂੰ ਅੱਗੇ ਲਿਜਾ ਸਕਦੇ ਹਾਂ। ਇਹ ਔਰ ਇਹ ਸਾਡੀ ਜ਼ਰੂਰਤ ਆ, ਕਿਉਂਕਿ ਮੈਂ ਤਾਂ ਹੁਣ ਥੋੜ੍ਹੇ ਦਿਨ ਹਾਂ, ਔਰ ਮੈਂ ਉੱਥੇ ਵੀ ਤੁਹਾਡੀ ਅਪੀਲ ਕਰੂੰਗਾ ਲੋਕਾਂ ਨੂੰ, ਤੁਸੀਂ ਵੀ ਲੋਕਾਂ ਨੂੰ ਅਪੀਲ ਕਰਿਓ ਕਿ ਉੱਥੇ ਜਦ ਤੱਕ ਅਸੀਂ ਵਾਰ ਆਫ ਟੈਕਟਸ ਬਜਰੰਗ ਦਾ ਲਿਆ, ਅੱਜ ਕੱਲ੍ਹ ਆ ਸ਼ਿਵਸੈਨਾ ਵਾਲੇ ਆ, ਅੱਜੀ ਅਖਬਾਰਾਂ ਵਿੱਚ ਕੀ ਉਹ ਬੋਲ ਰਹੇ ਆ, ਕਿਉਂ ਬੋਲ ਰਹੇ ਆ, ਕਿਉਂਕਿ ਉਹਨਾਂ ਦੇ ਨਾਲ ਇਹੀ ਲੋਕ ਆ। ਹੁਣ ਮੈਂ ਇੱਕ ਦਿਨ ਉੱਥੇ ਟੀ ਵੀ 'ਤੇ ਕਿਹਾ ਸੀਗਾ, ਮੈਂ ਕਿਹਾ ਬਈ ਇਹ 80% ਆਪਣੇ ਆਪ ਨੂੰ ਹਿੰਦੂ ਸਮਝਦੇ ਆ, ਉਹਦੇ ਵਿੱਚੋਂ ਵਾਲਮੀਕੀਆਂ 'ਤੇ ਨਾਲੇ ਤਾਂ ਗੰਦਗੀ ਚੁਕਾ ਰਹੇ ਆ, ਨਾਲੇ ਕਹੀ ਜਾਂਦੇ ਤੁਸੀਂ ਹਿੰਦੂ ਆ, ਚਮਾਰਾਂ 'ਤੇ ਪਸ਼ੂ ਚੁਕਾ ਰਹੇ ਆ, ਨਾਲੇ ਕਹੀ ਜਾਂਦੇ ਤੁਸੀਂ ਹਿੰਦੂ ਆ, ਨਾਈ ਚੀਰ ਛਿੰਬੇ ਲੋਹਾਰ ਤਖਾਨ 52% 3743 ਜਾਤਾਂ ਆ, ਉਹਨਾਂ ਨੂੰ ਕਹੀ ਜਾਂਦੇ ਤੁਸੀਂ ਹਿੰਦੂ ਆ, ਉਹ ਵੀ ਗੁਰਦੁਆਰਿਆਂ 'ਚ ਉਹ ਵੀ ਮੰਦਰਾਂ 'ਚ ਜਾਈ ਜਾਂਦੇ ਆ। ਇਹ 72% ਲੋਕ, ਇਹ 8% ਜਿਹੜਾ ਹਿੰਦੂ ਆ, ਇਹਨਾਂ ਨੂੰ ਦਬਾ ਕੇ ਰੱਖਦਾ ਗੋਲੀਆਂ ਚਲਾਉਂਦਾ। ਹੁਣ ਜਿਸ ਵੇਲੇ ਗੁਜਰਾਂ ਨੇ ਰਿਜ਼ਰਵੇਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਰਾਜਸਥਾਨ ਦੇ ਵਿੱਚ ਗੋਲੀਆਂ ਬਣਾਈਆਂ ਚਲਾਈਆਂ, ਗੁਜਰਾਂ ਨੂੰ ਪੁੱਛੀਏ ਤੁਸੀਂ ਕੌਣ ਆ, ਉਹ ਕਹਿੰਦੇ ਜੀ ਅਸੀਂ ਹਿੰਦੂ ਹਾਂ। ਨਾਈ ਜੀ ਛਿੰਬੇ ਲਾਹਤਖਾਨਾ ਨੇ ਮੰਡਲ ਕਮਿਸ਼ਨ ਰਿਪੋਰਟ ਨੂੰ ਕਮੰਡਲ ਬਣਾਤਾ, ਅਸੀਂ 42 ਦਿਨ ਦਾ ਧਰਨਾ ਦਿੱਤਾ ਕਿ ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰੋ, ਵਰਨਾ ਕੁਰਸੀ ਖਾਲੀ ਕਰੋ, ਉਹਦੇ ਵਿੱਚ ਕਿਸਾਨ ਵੀ ਆਉਂਦੇ ਆ ਸਾਰੇ ਹੀ। ਉਹਨੇ ਨੇ ਉਹ ਮੰਡਲ ਨੂੰ ਕਮੰਡਲ ਬਣਾ ਕੇ ਦਵਾਸ ਉਹਨੇ ਮਾਬਰੀ ਮੱਝ ਹਟਾਤੀ, ਹਾਲੇ ਤੱਕ ਨਾ ਮੰਡਲ ਲਾਗੂ ਕੀਤਾ ਔਰ ਨਾ ਹੀ ਗੁਜਰਾਂ ਨੂੰ ਕੁਛ ਮਿਲਿਆ। ਇਹ ਹੈ ਕਿੰਨੇ 72% ਹਿੰਦੂ, ਇਹਨਾਂ ਜਦ ਤੱਕ ਅਸੀਂ ਹਿੰਦੂਆਂ ਨੂੰ ਇਹ ਅਹਿਸਾਸ ਨਹੀਂ ਕਰਾਉਂਦੇ ਕਿ ਨਾਈ ਨਾਮਦੇਵ ਕਬੀਰ ਰਵਿਦਾਸ ਹੈ ਸੰਧਨਾ ਧੰਨਾ ਤੁਹਾਡੇ ਹੀ ਆ, ਤੁਸੀਂ ਇਹਨਾਂ ਦੀ ਮੂਵਮੈਂਟ ਨੂੰ ਮੰਨੋ ਤਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਮੂਵਮੈਂਟ ਨੂੰ ਮੰਨੋਗੇ। ਇਸ ਕਰਕੇ 8% ਹਿੰਦੂ ਉਹ 80% ਲੋਕਾਂ ਨੂੰ ਨਾਲ ਲੈ ਕੇ 80% ਬਣੇ ਆ, ਉਹ ਅਸੀਂ ਸਿੱਖ 80% ਇਸ ਦੇਸ਼ ਦੇ ਵਿੱਚ 2% 'ਤੇ ਬਣੇ ਹੋਏ ਆ। ਇਸ ਕਰਕੇ ਜੇ ਅਸੀਂ ਸ਼ੂਦਰ ਅਤੇ ਅਸੀਂ ਸ਼ੂਦਰ ਹੀ ਇਕੱਠੇ ਹੋ ਜਾਈਏ। ਗੁਰੂ ਨਾਨਕ ਦੇਵ ਜੀ ਨੇ ਜੋ ਕਿਹਾ ਨੀਚਾ ਅੰਦਰ ਨੀਚ ਜਾਤ, ਜੇ ਅਸੀਂ ਨੀਚ ਅਤੀ ਨੀਚ ਉਹ ਵੀ ਸੀ ਨਾਈ ਚੀਰ ਛਿੰਬੇ, ਫਿਰ ਨੀਚੀ ਅਤੀ ਨੀਚ ਸਾਰੇ ਇਕੱਠੇ ਹੋ ਜਾਈਏ ਤਾਂ ਅਸੀਂ ਇਸ ਦੇਸ਼ ਦੇ ਵਿੱਚ 85% ਬਣ ਜਾਂਦੇ। ਹੁਣ ਜੇ ਅਸੀਂ ਦੇਖੋ ਬਾਬਰੀ ਮਸਜਿਦ ਹੈਗੇ, ਮੁਸਲਮਾਨ ਵੀ ਸਾਡੇ 'ਚੋਂ ਹੀ ਆ, 95% ਮੁਸਲਮਾਨ, ਸਾਡਾ ਜਿਹੜਾ ਖੂਨ ਆ ਇਹ ਮੁਸਲਮਾਨਾਂ ਦੇ ਨਾਂ ਰਲਦਾ। ਅਕਬਰ ਨੇ 95% ਮੁਸਲਮਾਨ ਸਾਡੇ 'ਚੋਂ ਤਾਂ ਬਣਾਇਆ, ਔਰ ਸਾਡਾ ਖੂਨ ਬਾਹਮਣਾਂ ਨਾਲ ਨਹੀਂ ਰਲਦਾ, ਨਾ ਬਾਣੀਆਂ ਨਾਲ ਨਾ ਕਸ਼ਤਰੀਆਂ ਨਾਲ, ਕਿਉਂਕਿ ਇਹ ਬਾਹਰੋਂ ਆਈ ਨਹੀਂ, ਸਾਡਾ ਖੂਨ ਹੀ ਰਲ ਦਿੱਤਾ। ਕਿਉਂ ਨਹੀਂ ਖੂਨ ਰਲ ਦਿੱਤਾ, ਇਹ ਕਹਿੰਦੇ ਸਵਰਨੇ ਆ, ਅਸੀਂ ਜਾਤ ਪਾਤ ਨੂੰ ਕਾਇਮ ਰੱਖਣਾ, ਜਾਤ ਪਾਤ ਖਤਮ ਹੋ ਗਏ, ਸਾਡਾ ਖੂਨ ਇੱਕ ਹੋ ਗਿਆ, ਅਸੀਂ ਭਾਈਚਾਰਾ ਬਣਾ ਲਈਏ। ਜੇ ਅਸੀਂ ਮੁਸਲਮਾਨਾਂ ਨਾਲ ਵੀ ਇਕੱਠੇ ਹੋ ਜਾਈਏ, ਨਾਈ ਜੀ ਛਿੰਬਿਆਂ ਨੂੰ ਇਕੱਠੇ ਕਰ ਲਈਏ, ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਨਾਲ, ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਦੇਵ ਦੇ ਇਹੀ ਗੱਲ ਲੈ ਕੇ ਤੁਰ ਪਈਏ। ਅਰੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖੋ, ਜਿਸ ਵੇਲੇ 1704 ਨੂੰ ਬਸ ਆਹੀ ਆ, ਜੇ 1704 ਨੂੰ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਅਸੀਂ ਸਾਰੇ, ਗੁਰੂ ਗੋਬਿੰਦ ਸਿੰਘ ਨੇ ਇੱਥੇ ਕਹਿੰਦੇ ਸ਼ਹੀਦ ਹੋ ਜਾਣਾ, ਉਹਨਾਂ ਨੇ ਪੰਜ ਪਿਆਰਿਆਂ ਨੇ ਕਿਹਾ ਵੀ ਨਹੀਂ, ਸਾਡਾ ਹੁਕਮ ਮੰਨ, ਅਸੀਂ ਤੈਨੂੰ ਨਿਕਲ ਜਾਣੇ, ਤੁਸੀਂ ਫਿਰ ਪੰਥ ਬਣਾ ਦੇਣਾ। ਜਦ ਉਹ ਸ਼ਹੀਦ ਹੋਏ, ਉਹਨਾਂ ਨੂੰ ਉਹ ਕਲਗੀਆਂ ਵਾਲੇ ਵੀ ਦੇਖੇ, ਉਹ ਘੋੜੇ ਵੀ ਦੇਖੇ, ਕਹਿੰਦੇ ਜੀ ਇੱਥੇ ਤਾਂ ਗੁਰੂ ਗੋਬਿੰਦ ਸਿੰਘ ਹੈ ਹੀ ਨਹੀਂ, ਕਹਿੰਦੇ ਜੀ ਇਹ ਤਾਂ ਹੋਰੇ ਲੜਦੇ ਰਹੇ। ਉਹ ਇੱਕ ਸੰਗਤ ਸਿੰਘ ਨਿਕਲਿਆ, ਇੱਕ ਇੱਕ ਜੀਵਨ ਸਿੰਘ ਨਿਕਲਿਆ, ਇੱਕ ਬਚਿੱਤਰ ਸਿੰਘ ਨਿਕਲਿਆ, ਬਾਕੀ ਸਾਰੇ ਹੀ ਨਿਕਲੇ। ਔਰ ਗੁਰੂ ਗੋਬਿੰਦ ਸਿੰਘ ਨੂੰ ਅੱਗੇ ਜਾ ਕੇ ਮੁਸਲਮਾਨ ਨੇ ਆਪਣੀ ਲੜਕੀ ਨਾਲ ਪਾ ਕੇ ਮਛੁਆਰੇ 'ਚ ਬਚਾ ਦਿੱਤਾ, ਨਬੀ ਖਾਂ ਗਨੀ ਖਾਂ ਉਹਨੇ ਨਿਕਾਲ ਦਿੱਤਾ। ਉਹ ਅੱਜ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗੇ ਕਿ ਜਿਹਨਾਂ ਦੀ ਕਿਰਪਾ ਸੇ ਹਮ ਸਜੇ ਜਹਾਂ ਹੈ, ਉਹਨਾਂ ਦੇ ਗੁਰਦੁਆਰੇ ਵੀ ਜੁੜੇ ਆ, ਉਹਨਾਂ ਦੀਆਂ ਕਬਰਾਂ ਵੀ ਜੁੜੀਆਂ ਆ, ਔਰ ਉਹਨਾਂ ਦੇ ਨਾਲ ਉਹ ਸੱਟਾਂ ਪੈ ਰਹੀਆਂ, ਤਾਂ ਮੈਂ ਇਹ ਗੱਲ ਜਾਤ ਪਾਤ ਵਿਸ਼ਵ ਸਿੱਖ ਉੱਤੇ ਬੋਲਿਆ ਸੀ। ਇਸ ਕਰਕੇ ਮੈਂ ਨਵਜੀਤ ਜੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸਾਂ ਨੇ ਮੈਨੂੰ ਬੁਲੰਦ ਆਵਾਜ਼ ਸਰੋਤਿਆਂ ਦੇ ਉੱਪਰ ਅੱਜ 27 ਤਰੀਕ ਨੂੰ ਜੋ ਕੈਲਗਰੀ ਵੈਨਕੂਵਰ ਕੈਨੇਡਾ ਦੇ ਇਹ ਜਗ੍ਹਾ 'ਤੇ ਮੈਨੂੰ ਬੁਲਾ ਕੇ ਮੇਰਾ ਤੁਸੀਂ ਮਾਣ ਵਧਾਇਆ। ਮੈਂ ਸਰੋਤਿਆਂ ਦਾ ਵੀ ਇਹੀ ਬੇਨਤੀ ਕਰਦਾ ਕਿ ਤੁਸੀਂ ਪੰਜਾਬ ਦੇ ਵਿੱਚ ਜਿੱਥੇ ਤੁਹਾਡੀ ਜਗ੍ਹਾ ਆ, ਸਾਰਿਆਂ ਨੂੰ ਸਮਝਾਵੋ ਕਿ ਇਕੱਠੇ ਹੋਵੋ ਔਰ ਇਕੱਠੇ ਹੋ ਕੇ ਲਹਿਰ ਨੂੰ ਚਲਾਓ। ਲਹਿਰ ਚਲਾ ਕੇ ਕੰਸ਼ੀਰਾਮ ਤਾਂ ਚਲੋ ਨਹੀਂ ਰਹੇ, ਅਸੀਂ ਤਾਂ ਜੀਂਦੇ ਹੀ ਹਾਂ, 17 ਸਾਲਾਂ ਬਾਅਦ ਹੋਣ ਲੱਗੇ ਹਾਂ, ਹੋਰ ਸਾਡੇ 5-7 ਸਾਲਾਂ ਦੇ ਸਾਡੀਆਂ ਵੀ ਲੱਤਾਂ ਬਹਿ ਜਾਣੀਆਂ। ਹੈ ਮੈਂ ਵੀ ਇੱਥੇ ਸੀਗਾ, ਮਨਜੀਤ ਸਿੰਘ ਰੰਧਾਵਾ ਜੀ ਮੈਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦਾ, ਔਰ ਸੋਤਿਆਂ ਨੂੰ ਮੈਂ ਫਤਿਹ ਬੁਲਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।